ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਤੁਮਰੀ ਮਹਿਮਾ ਵਰਣ ਨਾ ਸਕੋ ਤੁਮਰੀ ਮਹਿਮਾ ਵਰਣ ਨਾ ਸਕੋ ਤੂੰ ਠਾਕੁਰ ਭਗਵਾਨ ਗਿਆਨ ਧਿਆਨ ਕਿਛ ਕਰ ਮੈਂ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੇ ਮੱਥੇ ਤੇ ਲਿਖੇ ਗੁਨਾਹ ਮੇਰੇ ਉਹ ਪੜਨਾ ਤੂੰ ਇਹਨਾਂ ਨੂੰ ਜਾਣਦਾ ਏ ਤਾਈਓ ਚੁੱਪ ਚਪੀਤੜਾ ਨਾਲ ਪੜਦੇ ਪੜਦਾ ਮਿਹਰ ਦਾ ਮੇਰੇ ਤੇ ਤਾਣਦਾ ਤਾਈਓ ਚੁੱਪ ਚਪੀਤੜਾ ਨਾਲ ਪੜਦੇ ਪੜਦਾ ਮਿਹਰ ਦਾ ਮੇਰੇ ਤੇ ਤਾਣਦਾ ਜਾ ਮੈਂ ਵਿਖਾ ਆਪਣੇ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜਾ ਵਿਖਾ ਤੇਰੀ
ਜਾਂ ਵੇਖਾਂ ਤੇਰੀ ਰਹਿਮਤ ਵੱਲ ਤਾਂ ਹੋਈ ਬੱਲੇ ਤਾਂ ਹੋਈ ਬੱਲੇ ਬੱਲੇ ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਉਹ ਲੋਕੀ ਤੱਕਦੇ ਐਵ ਗੁਨਾ ਮੇਰੇ ਮੈਂ ਤਾਂ ਤੱਕਦਾ ਰਹਿਮਤਾਂ ਤੇਰੀਆਂ ਨੂੰ ਨੀਲ ਬਸਤਰ ਤਾਰੇ ਬਨਵਾਰੀ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋ ਵੇਖਣ ਵਾਲਿਆਂ ਕਿਹਾ ਹੈਰਾਨ ਹੋ ਕੇ ਵੇਖੋ ਇੱਕ ਹਿੰਦੂ ਤੇ ਇੱਕ ਮੁਸਲਮਾਨ ਜਾਂਦਾ ਸਮਝਣ ਵਾਲਿਆਂ ਕਿਹਾ ਸਮਝ ਕੇ ਨਹੀਂ ਇੱਕ ਗੀਤਾ ਤੇ ਇੱਕ ਕੁਰਾਨ ਜਾਂਦਾ ਵੰਡਣ ਲਈ ਗਿਆਨ ਮਨੁੱਖਤਾ ਨੂੰ ਇੱਕ ਅੱਲਾ ਤੇ ਇੱਕ ਭਗਵਾਨ ਜਾਂਦਾ ਇਹਨਾਂ ਛੱਡੇ ਪਰਿਵਾਰ ਜਹਾਨ ਪਿੱਛੇ ਇਹਨਾਂ ਛੱਡੇ ਪਰਿਵਾਰ ਜਹਾਨ ਪਿੱਛੇ ਇਹਨਾਂ ਪਿੱਛੇ ਅੱਜ ਸਾਰਾ ਜਹਾਨ ਨੀਲ ਬਸਤਰ ਤਾਰੇ ਬਨਵਾਰੀ ਨੀਲ ਬਸਤਰ ਤਾਰੇ ਬਨਵਾਰੀ ਫੇਰ ਬਾਬਾ ਮੰਗੇ ਵਾਹਿਗੁਰੂ ਧੰਨ ਵਾਹਿਗੁਰੂ।
ਸਾਰੀ ਸੰਗਤ ਦੇ ਚਰਨਾਂ 'ਚ। ਕੋਈ ਰਸਨਾ ਬਾਂਝੀ ਨਾ ਰਹੇ, ਲਾਹ ਲੈਣ ਵਾਸਤੇ ਸਾਰੀਆਂ ਸੰਗਤਾਂ ਇਕੱਤਰ ਹੋਈਆਂ ਨੇ। ਸਾਰੇ ਭਾਈ ਬੋਲੋ ਤੇ ਸਾਰੀਆਂ ਮਾਵਾਂ ਗੱਜ ਵੱਜ ਕੇ ਰਸਨਾ ਪਵਿੱਤਰ ਕਰੋ। ਕੋਈ ਰਸਨਾ ਬਾਂਝੀ ਨਾ ਰਹੇ, ਪਿਆਰ ਸਹਿਤ ਲਾਹ ਲੈਣ ਵਾਸਤੇ ਆਇਆ ਤੇ ਲਾਹ ਲੈਣ ਦਾ ਵੇਲਾ ਹੈ, ਲਾਹ ਲਈਏ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ, 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 ਵਾਹਿਗੁਰੂ ਧੰਨ ਵਾਹਿਗੁਰੂ। ਗੱਜ ਕੇ ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ। ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ, ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ। ਬਾਬਾ ਮੁੜ ਦੁਨੀਆਂ ਤੇ ਆਇਆ ਨਾ, ਬਾਬੇ ਨਾਨਕ ਵਰਗਾ
ਆਇਆ ਗੁਰੂ ਨਾਨਕ ਪੀਰਾਂ ਦਾ ਆਇਆ ਗੁਰ ਨਾਨਕ ਬਣ ਕੇ ਸਤਿਕਾਰ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਾਰੇ ਗੱਜ ਵੱਜ ਕੇ ਫਤਿਹ ਦੁਹਰਾਓ ਪਿਆਰ ਸਹਿਤ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਮਨ ਬਿਰਤੀਆਂ ਇਕਾਗਰ ਕਰਕੇ ਮਨ ਹਾਜ਼ਰ ਕਰਕੇ ਸਾਰੀ ਸੰਗਤ ਨੇ ਜੁੜਨ ਦਾ ਯਤਨ ਕੀਤਾ ਬੜੀ ਗੁਰੂ ਸਾਹਿਬ ਜੀ ਦੀ ਤਰਸ ਬੜੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਤਰਸ ਹੈ ਰਹਿਮਤ ਹੈ ਸਾਡੇ ਅਤਿ ਸਤਿਕਾਰਯੋਗ ਬਾਬਾ ਸੁਰਜੀਤ ਸਿੰਘ ਜੀ ਜਿਹਨਾਂ ਮਹਾਂਪੁਰਸ਼ਾਂ ਨੇ ਆਪਣੇ ਅੰਦਰ ਚਾਅ ਰੱਖ ਕੇ ਭਾਵਨਾ ਰੱਖ ਕੇ ਖੇੜਾ ਰੱਖ ਕੇ ਫਿਰ ਇਸ ਸਮਾਗਮ ਉਲੀਕੇ ਨੇ ਸੰਗਤਾਂ ਨੂੰ ਜੋੜਨ ਵਾਸਤੇ ਸੰਗਤਾਂ ਦੇ ਭਲੇ ਹਿੱਤ ਆਪਣੇ ਭਲੇ ਹਿੱਤ ਆਪ ਜੁੜਾਂਗੇ ਸਾਧੂਆਂ ਦੇ ਦੋ ਹੀ ਕੰਮ ਨੇ ਨਾਮ ਜਪਣਾ ਤੇ ਨਾਮ ਜਪਾਉਣਾ ਤੇ ਸਾਰੀ ਸੰਗਤ ਨੇ ਕੱਲ੍ਹ ਵੀ ਹਾਜ਼ਰੀਆਂ ਭਰੀਆਂ ਹੈ ਅੱਜ ਵੀ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਬੇਨਤੀ ਹੈ ਸੰਗਤ ਦੇ ਚਰਨਾਂ 'ਚ ਜਿੰਨਾ ਸਮਾਂ ਦੀਵਾਨ ਚੱਲਦਾ ਕਿਸੇ ਪਾਸਿਓਂ ਕਿਸੇ ਦੇ ਬੋਲਣ ਦੀ ਆਵਾਜ਼ ਨਾ ਆਵੇ ਪਿਆਰ ਸਹਿਤ ਆਪ ਜੀ ਥੋੜ੍ਹੇ ਸਮੇਂ ਦੀ ਹਾਜ਼ਰੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਭਰਨੀ ਫਿਰ ਆਪ ਜੀ ਨੂੰ ਸਤਿਪੁਰਸ਼ਾਂ ਨੇ ਮਹਾਂਪੁਰਸ਼ਾਂ ਨੇ ਕੀਰਤਨ ਦੁਆਰਾ ਨਿਹਾਲ ਕਰਨਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਮਾਤਲੋਕ ਦੀ ਧਰਤੀ ਤੇ ਆਏ ਨੇ ਜਿੱਦਾਂ ਹੁਣ ਮੌਸਮ ਖਰਾਬ ਹੁੰਦਾ ਆਪਾਂ ਰੋਜ਼ ਤੁਰੇ ਜਾਂਦੇ ਹਾਂ ਜਦੋਂ ਮਹਾਰਾਜ ਆਏ ਨੇ ਉਦੋਂ ਭਲਾ ਕਿਹੜੀ ਧੁੰਦ ਸੀ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਉਦੋਂ ਮਤਲਬ ਧੁੰਦ ਚਲੀ ਗਈ ਮਹਾਰਾਜ ਸਾਹਿਬ ਆਏ ਨੇ ਉਹਨਾਂ ਦੇ ਆਉਣ ਤੋਂ ਬਾਅਦ ਮੁੜ ਕੇ ਕਦੇ ਧੁੰਦ ਨਹੀਂ ਪਈ ਸਤਸੰਗ ਜੀ ਜਿਹੜੀ ਤਾਂ ਧੁੰਦ ਮੌਸਮੀ ਇਹ ਤਾਂ ਉਦੋਂ ਵੀ ਪੈਂਦੀ ਸੀ ਹੁਣ ਵੀ ਪੈਂਦੀ ਗਾਂਹ ਵੀ ਪਏਗੀ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਨੇ ਜਿਹੜੀ ਧੁੰਦ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ ਜਿਹੜੀ ਧੁੰਦ ਦਾ ਜ਼ਿਕਰ ਰੋਜ਼ ਗੁਰੂ ਕੇ ਸਿੱਖ ਗੁਰੂ ਕੇ ਵਜ਼ੀਰ ਗੁਰੂ ਕੇ ਕੀਰਤਨੀਏ ਕਰਦੇ ਨੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਗ ਵਿੱਚ ਚਾਨਣ ਤਾਂ ਹੋਇਆ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਨੇ ਮਹਾਰਾਜ ਨੇ ਆਪਣਾ ਉਪਦੇਸ਼ ਦਿੱਤਾ ਹੈ ਜਿਹਨਾਂ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਪਾਪਾਂ ਦੀ ਧੁੰਦ ਪਈ ਸੀ ਉਸ ਧੁੰਦ ਨੂੰ ਸਾਫ਼ ਕੀਤਾ ਮਹਾਰਾਜ ਉਹ ਧੁੰਦ ਨੂੰ ਸਾਫ਼ ਕੀਤਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਆਏ ਨਹੀਂ ਵੀ ਕਿਸੇ ਇੱਕ ਦੋ ਚਾਰ ਪੰਜ ਸੱਤ ਜਣਿਆਂ ਦੀਆਂ ਬੇਨਤੀਆਂ ਸੁਣੀਆਂ ਤੇ ਆ ਗਏ ਪਰਮੇਸ਼ਰ ਨੇ ਆਉਣਾ ਹੈ ਅਕਾਲ ਪੁਰਖ ਨੇ ਆਉਣਾ ਹੈ ਨਿਰੰਕਾਰ ਨੇ ਆਉਣਾ ਹੈ ਸਤਸੰਗ ਜੀ ਜਿਹਨਾਂ ਘਰਾਂ ਵਿੱਚ ਸੁਣਿਓ ਜਿਹਨਾਂ ਘਰਾਂ ਵਿੱਚ ਕਿਸੇ ਰੱਬੀ ਪੈਗੰਬਰ ਨੇ ਆਉਣਾ ਹੈ ਜਿਹਨਾਂ ਘਰਾਂ ਵਿੱਚ ਕਿਸੇ ਮੰਨ ਕੇ ਚੱਲੋ ਉਹ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ
ਜਿਸ ਘਰ ਵਿੱਚ ਕਿਸੇ ਭਗਤ ਨੇ ਆਉਣਾ ਹੋਵੇ, ਕਿਸੇ ਦਾਨੀ ਨੇ ਆਉਣਾ ਹੋਵੇ, ਕਿਸੇ ਬੰਦਗੀ ਵਾਲੇ ਸਤਿਪੁਰਸ਼ ਨੇ ਆਉਣਾ ਹੋਵੇ ਨਾ, ਉਸ ਘਰ ਦਾ ਜਿਹੜਾ ਵਾਯੂਮੰਡਲ ਹੈ, ਉਸ ਘਰ ਦਾ ਜਿਹੜਾ ਔਰਾ ਹੈ, ਉਸ ਘਰ ਦੀ ਜਿਹੜੀ ਭਗਤੀ ਹੈ, ਇਹ ਸ਼ਕਤੀ ਵਾਲੀਆਂ ਰੂਹਾਂ, ਪਵਿੱਤਰ ਰੂਹਾਂ, ਉਹ ਪਹਿਲਾਂ ਜਿਹੜੇ ਘਰ ਵਿੱਚ ਉਹਨਾਂ ਨੇ ਜਨਮ ਲੈਣਾ ਪਹਿਲਾਂ ਘਰ ਵੇਖਦੀਆਂ। ਸੁਣਿਓ, ਇੱਕ ਮਾਤਾ ਉਹਨੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਉਹਨੇ ਬੇਨਤੀ ਕੀਤੀ, ਕਹਿੰਦੀ ਬਾਬਾ ਜੀ ਮੇਰੇ ਘਰ ਵਿੱਚ ਲਾਲ ਹੈ ਨੀ, ਪੁੱਤ ਹੈ ਨੀ, ਮੇਰੇ ਘਰ ਵਿੱਚ ਸਭ ਕੁਛ ਹੈ। ਤੇ ਮਹਾਂਪੁਰਸ਼ ਕਹਿਣ ਲੱਗੇ, ਕਹਿੰਦੇ ਬੀਬਾ ਪੁੱਤ ਚਾਹੀਦਾ, ਮਿੱਠੀ ਦਾਤ ਚਾਹੀਦੀ। ਹਾਂ ਮਹਾਰਾਜ ਕਿਰਪਾ ਕਰ ਦਿਓ। ਮਹਾਂਪੁਰਸ਼ ਕਹਿੰਦੇ ਕੋਈ ਨੀ ਮਿਲ ਜਾਏਗੀ, ਪਰ ਇੱਕ 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 ਸ਼ਰਤ, ਤੈਨੂੰ ਇੱਕ ਬਚਨ ਮੰਨਣਾ ਪੈਣਾ ਸਾਡਾ। ਦੱਸੋ ਮਹਾਂਪੁਰਸ਼ ਕਮਾਉਣ ਵਾਲੀ ਸੀ, ਬਚਨ ਹੱਥ ਜੋੜ ਕੇ ਖੜ ਗਈ ਧੀ ਰਾਣੀ ਹੈ। ਮਹਾਂਪੁਰਸ਼ ਆਖਣ ਲੱਗੇ, ਕਹਿੰਦੇ ਅੱਜ ਤੋਂ ਬਾਅਦ ਸਵਾ ਸਾਲ ਤੱਕ ਆਪਣੇ ਘਰ ਵਿੱਚ ਬਹਿ ਕੇ ਇੱਕ ਦਿਨ ਵਿੱਚ 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦੇ, ਹਰ ਰੋਜ਼ ਲਗਾਤਾਰ। ਸਤਿਬਚਨ ਮਹਾਰਾਜ ਉਹਨੇ ਨਾਂ ਨਹੀਂ ਕਰੀ ਅੱਗੋਂ, ਜਿਹੜੇ ਬਚਨ ਕਮਾਉਣ ਵਾਲੇ ਹੁੰਦੇ ਨੇ ਵਿਰਲੇ। ਮਹਾਂਪੁਰਸ਼ ਕਹਿੰਦੇ ਤੂੰ 25 ਪਾਠ ਰੋਜ਼ ਜਪਜੀ ਸਾਹਿਬ ਦੇ ਕਰਨੇ ਨੇ ਸਵਾ ਸਾਲ ਤੱਕ। ਉਹ ਕਹਿੰਦੀ ਮਹਾਰਾਜ ਸਤਿਬਚਨ ਸਵਾ ਸਾਲ ਕਰਾਂਗੀ, ਇਹ ਵੀ ਸਤਿਬਚਨ। ਮਹਾਂਪੁਰਸ਼ੋ ਮੈਨੂੰ ਐਂ ਦੱਸੋ, ਮੈਂ 25 ਪਾਠ ਵੀ ਕਰਾਂਗੀ, ਕਰਾਂਗੀ ਵੀ ਸਵਾ ਸਾਲ ਪੂਰੇ ਨੇਮ ਨਾਲ ਕਰਾਂਗੀ, ਪਰ ਮੈਨੂੰ ਐਂ ਤਾਂ ਦੱਸੋ ਵੀ ਸਵਾ ਸਾਲ 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰਕੇ ਫਿਰ ਹੋਏਗਾ ਕੀ, ਬਣੇਗਾ ਕੀ, ਫਿਰ ਮੈਨੂੰ ਪੁੱਤ ਮਿਲ ਜੂ, ਮੇਰੇ ਘਰ ਵਿੱਚ ਪੁੱਤਰ ਦੀ ਦਾਤ ਆ ਜਾਏਗੀ। ਮਹਾਂਪੁਰਸ਼ ਆਖਣ ਲੱਗੇ, ਕਹਿੰਦੇ ਧੀ ਰਾਣੀਏ ਜੇ ਤੂੰ ਨੇਮ ਨਾਲ 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰ ਗਈ, ਜੇ ਤੂੰ ਨਾਗਾ ਨਾ ਪਾਇਆ, ਤੂੰ ਕੀ ਮੰਗਿਆ ਪੁੱਤ? ਕਹਿੰਦੇ ਲੈ ਚੇਤੇ ਰੱਖੀ, ਤੇਰੇ ਘਰ ਵਿੱਚ ਪੁੱਤ ਨਹੀਂ, ਤੇਰੇ ਘਰ ਵਿੱਚ ਇੱਕ ਬ੍ਰਹਮ ਗਿਆਨੀ ਮਹਾਂਪੁਰਸ਼ ਪੈਦਾ ਹੋਏ। ਨਿਹਾਲ ਤੇਰੇ ਘਰ ਵਿੱਚ ਇੱਕ ਬ੍ਰਹਮ ਗਿਆਨੀ ਮਹਾਂਪੁਰਸ਼ ਪੈਦਾ ਹੋਏਗਾ। ਅੱਛਾ ਮਹਾਰਾਜ, ਆਮ ਬੰਦਾ ਨਹੀਂ, ਆਮ ਪੁੱਤ ਨਹੀਂ ਆਏਗਾ। ਸਤਿਬਚਨ ਲੱਗੀ ਸਤਸੰਗ ਜੀ। ਇੱਕ ਮਹੀਨਾ ਲੰਘਿਆ, ਦੋ ਮਹੀਨੇ ਲੰਘੇ, ਤਿੰਨ ਮਹੀਨੇ ਲੰਘੇ, ਜਦੋਂ ਚੌਥਾ ਮਹੀਨਾ ਲੰਘਿਆ, 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰਨੇ ਮਹੀਨਾ ਚੌਥਾ। ਉਹ ਗੁਰਮੁਖੋ ਇਹ ਗੱਲ ਚੇਤੇ ਰੱਖਿਓ, ਜਿਹੜੇ ਬੰਦੇ 25-25 ਪਾਠ ਜਪਜੀ ਸਾਹਿਬ ਦੇ ਰੋਜ਼ ਕਰਨ ਲੱਗ ਜਾਣ, ਉਹਨਾਂ ਦੀਆਂ ਰਸਨਾਂ ਤੇ ਗੁਰੂ ਨਾਨਕ ਵਸਣ ਲੱਗ ਜਾਂਦਾ। ਜਿਹੜੇ 50-50 ਪਾਠ ਚੌਪੀ ਸਾਹਿਬ ਦੇ ਰੋਜ਼ ਕਰਦੇ ਨੇ, ਉਹਨਾਂ ਦੀਆਂ ਰਸਨਾਂ ਤੇ ਕਲਗੀ ਧਰ ਗੁਰੂ ਗੋਬਿੰਦ ਸਿੰਘ ਦਾ ਵਾਸਾ ਹੁੰਦਾ ਹੈ। ਹੁਣ ਉਸ ਬੀਬੀ ਦੀ ਅਵਸਥਾ ਹੀ ਏਡੀ ਤਗੜੀ ਬਣ ਗਈ, ਰੋਜ਼ ਨੇਮ ਕਰਨਾ, 25 ਪਾਠ ਰੋਜ਼ ਕਰਨੇ। ਸਵਾ ਸਾਲ ਦਾ ਸਮਾਂ ਲੰਘਿਆ, 25 ਪਾਠ ਰੋਜ਼ ਕਰਦੀ ਗਈ, ਤੇ ਸਵਾ ਸਾਲ ਬਾਅਦ ਉਸ ਬੀਬੀ ਦੀ ਕੁੱਖ ਨੂੰ ਭਾਗ ਲੱਗਿਆ, ਤੇ ਉਸ ਮਾਤਾ ਦੀ ਕੁੱਖੋਂ, ਉਸ ਬੀਬੀ ਦੀ ਕੁੱਖੋਂ ਫਿਰ ਸਵਾ ਸਾਲ ਬਾਅਦ ਜਨਮ ਪਤਾ ਕਿੰਦਾ ਹੋਇਆ?
ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਨਿਹਾਲ ਬਾਬਾ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ ਉਸ ਮਾਂ ਦੀ ਕੁੱਖੋਂ ਆਏ ਤੇ ਬਾਬਾ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਉਹ ਹੋਏ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਹਜ਼ਾਰਾਂ ਗ੍ਰੰਥੀ ਸਿੰਘ ਹਜ਼ਾਰਾਂ ਕਥਾਵਾਚਕ ਅਤੇ ਪਤਾ ਹੀ ਨਹੀਂ ਬੰਦਗੀ ਕਰਨ ਵਾਲੇ ਵਿਆਸੀ ਕਿੰਨੇ ਕੁ ਪੈਦਾ ਕੀਤੇ ਉਹਨਾਂ ਦੀ ਕਥਾ ਸੁਣ ਸੁਣ ਕੇ ਕਿੰਨੇ ਕੁ ਸੰਤ ਬਣ ਗਏ ਹੁਣ ਤੁਸੀਂ ਵੇਖੋ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਜੀ ਆਏ 25 ਪਾਠ ਜਪਜੀ ਸਾਹਿਬ ਦੇ ਕੀਤੇ ਇੱਕ ਮਹਾਂਪੁਰਸ਼ ਨੇ ਜਨਮ ਲੈਣਾ ਘਰ 'ਚ ਜਿਸ ਘਰ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਉਣਾ ਹੈ ਉਹ ਸੋਚ ਕੇ ਵੇਖੋ ਮਾਤਾ ਤ੍ਰਿਪਤਾ ਦੀ ਕਿੱਡੀ ਵੱਡੀ ਭਗਤੀ ਹੋਏਗੀ ਇੱਕ ਜਨਮ ਦੀ ਦੋ ਜਨਮਾਂ ਦੀ ਨਾ 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 ਮਾਤਾ ਤ੍ਰਿਪਤਾ ਦੀ ਪਤਾ ਨਹੀਂ ਕਿੰਨੇ ਕੁ ਯੁੱਗਾਂ ਦੀ ਭਗਤੀ ਬਾਬਾ ਕਲਿਆਣ ਚੰਦ ਦਾ ਕਿੰਨਿਆਂ ਕੁ ਜਨਮਾਂ ਦਾ ਤਪ ਕਹਿੰਦੇ ਭੈਣ ਨਾਨਕੀ ਖੇਡਣ ਗਈ ਸੀ ਬਹਾਨਾ ਬਣ ਗਿਆ ਭੈਣ ਨਾਨਕੀ ਖੇਡਣ ਗਈ ਸਹੇਲੀਆਂ ਨਾਲ ਜਿਹੜੀਆਂ ਨਾਲ ਦੀਆਂ ਸਹੇਲੀਆਂ ਨੇ ਨਾ ਉਹ ਗਾਨੇ ਬੁਣਨ ਲੱਗ ਗਈਆਂ ਗਾਨੇ ਬਣਾਉਂਦੀਆਂ ਜਦੋਂ ਗਾਨੇ ਬਣਾਉਂਦੀਆਂ ਤੇ ਨਾਨਕੀ ਆਪਣੇ ਘਰੋਂ ਖੇਡਣ ਗਈ ਤੇ ਜਦੋਂ ਖੇਡਣ ਵੇਖ ਕੇ ਉਹ ਵੀ ਲੱਗ ਗਈ ਬਣਾਉਣ ਜਦੋਂ ਗਾਨੇ ਬਣਾਉਣ ਲੱਗੀ ਨਾਨਕੀ ਨਾਲ ਦੀਆਂ ਸਹੇਲੀਆਂ ਕਹਿੰਦੀਆਂ ਕਹਿੰਦੀਆਂ ਨਾਨਕੀ ਇੱਕ ਗੱਲ ਦੱਸ ਪੁੱਛੋ ਕੀ ਪੁੱਛਦੀਆਂ ਕਹਿੰਦੀ ਸੁਣ ਅਸੀਂ ਗਾਨੇ ਤਾਂ ਬਣਾਉਂਦੀਆਂ ਸਾਡੇ ਘਰ ਵਿੱਚ ਭਰਾ ਨੇ ਸਾਡੇ ਘਰ ਵਿੱਚ ਵੀਰ ਨੇ ਅਸੀਂ ਆਪਣੇ ਗਾਨੇ ਤਾਂ ਬਣਾਉਂਦੀਆਂ ਅਸੀਂ ਆਪਣੇ ਭਰਾਵਾਂ ਦੇ ਗੁੱਟਾਂ 'ਤੇ ਗਾਨੇ ਬੰਨਾਂਗੀਆਂ ਅਸੀਂ ਤਾਂ ਗਾਨੇ ਬਣਾਈਏ ਨਾਨਕੀ ਤੂੰ ਕਿਉਂ ਗਾਨਾ ਬਣਾਉਣ ਲੱਗੀ ਹੈ ਤੈਨੂੰ ਕੀ ਲੋੜ ਪੈ ਗਈ ਗਾਨੇ ਦੀ ਤੇਰੇ ਘਰ ਵਿੱਚ ਨਾ ਕੋਈ ਭਰਾ ਨਾ ਕੋਈ ਵੀਰ ਨਾ ਕੋਈ ਗੁੱਟ ਤੂੰ ਗਾਨਾ ਕਿੱਲੇ ਬੰਨਣਾ ਹੈ ਜਦੋਂ ਇੰਨੀ ਗੱਲ ਬੋਲੀ ਬੱਚਿਆਂ ਦੇ ਦਿਲ ਕੋਮਲ ਹੁੰਦੇ ਨੇ ਗੱਲ ਦਿਲ 'ਤੇ ਲੱਗ ਗਈ ਰੋਣ ਲੱਗ ਗਈ ਭੈਣ ਨਾਨਕੀ ਬੇਬੇ ਨਾਨਕੀ ਜਿਹਨੂੰ ਜਗਤ ਸਾਰਾ ਕਹਿੰਦਾ ਹੈ ਰੋਣ ਲੱਗੀ ਰੋਂਦੀ ਰੋਂਦੀ ਆਪਣੇ ਘਰ ਆਈ ਮਾਤਾ ਤ੍ਰਿਪਤਾ ਨੇ ਵੇਖਿਆ ਮੇਰੀ ਧੀ ਰਾਣੀ ਇਹਨੂੰ ਕੀ ਹੋਇਆ ਨਾਨਕੀ ਤੈਨੂੰ ਹੱਸਦੀ ਖੇਡਦੀ ਨੂੰ ਖੇਡਣ ਵਾਸਤੇ ਭੇਜਿਆ ਉਹ ਤੂੰ ਰੋਣ ਲੱਗ ਗਈ ਕੀ ਹੋਇਆ ਘੁੱਟ ਕੇ ਛਾਤੀ ਨਾਲ ਲਾਇਆ ਮਾਤਾ ਤ੍ਰਿਪਤਾ ਨੇ ਨਾਨਕੀ ਕਹਿੰਦੀ ਮਾਂ ਮੈਂ ਆਪਣੀਆਂ ਸਹੇਲੀਆਂ ਨਾਲ ਅੱਗੇ ਵੀ ਖੇਡਣ ਜਾਂਦੀ ਸੀ ਤੇ ਅੱਜ ਵੀ ਖੇਡ ਕੇ ਆਈ ਹਾਂ ਮਾਤਾ ਮੇਰੀਆਂ ਸਹੇਲੀਆਂ ਗਾਨੇ ਬੰਦੀਆਂ ਬਣਾਉਂਦੀਆਂ ਸੀ ਵੇਖ ਕੇ ਮੈਂ ਵੀ ਬਣਾਉਣ ਲੱਗ ਗਈ ਮਾਂ ਉਹ ਕਹਿੰਦੀਆਂ ਨੇ ਸਾਡੇ ਘਰ ਵਿੱਚ ਭਰਾ ਨੇ ਵੀਰ ਨੇ ਅਸੀਂ ਆਪਣੇ ਭਰਾਵਾਂ ਦੇ ਗੁੱਟਾਂ 'ਤੇ ਗਾਨੇ ਬੰਨਣੇ ਤਾਂ ਗਾਨੇ ਬਣਾਉਂਦੀਆਂ ਨਾਨਕੀ ਤੇਰੇ ਘਰ ਵਿੱਚ ਨਾ ਭਰਾ ਨਾ ਵੀਰ ਨਾ ਕੋਈ ਗੁੱਟ ਤੂੰ ਗਾਨਾ ਕਿਹਦੇ ਵਾਸਤੇ ਬੁਣਦੀ ਹੈ ਮਾਤਾ ਮੇਰੇ ਤੋਂ ਗੱਲ ਸੁਣੀ ਨਹੀਂ ਗਈ ਨਾਨਕੀ ਤੂੰ ਰੋ ਨਾ ਮਾਤਾ ਮੈਨੂੰ ਐਂ ਦੱਸ ਮੇਰੇ ਘਰ 'ਚ ਕੋਈ ਭਰਾ ਆਏਗਾ ਮਾਤਾ ਤ੍ਰਿਪਤਾ ਨੂੰ ਕਿਹਾ ਮਾਤਾ ਜੀ ਸਹੇਲੀਆਂ ਨੇ ਮੈਨੂੰ ਤਾਨਾ ਮਾਰਿਆ ਤੂੰ ਕਿੰਨੇ ਗੁੱਟਾਂ 'ਤੇ ਰੱਖ ਬੰਨੇਗੀ ਤੂੰ ਕਿੰਨੇ ਗੁੱਟਾਂ 'ਤੇ ਆ ਗਾਨਾ ਬੰਨੇਗੀ ਨਾਨਕੀ ਤੂੰ ਰੋ ਨਾ ਨਾ ਮਾਤਾ ਮੈਂ ਰੋਣਾ ਤਾਂ ਬੰਦ ਕਰਾਂਗੀ ਮੈਨੂੰ ਪਹਿਲਾਂ ਦੱਸ ਕੀ
ਸਾਡੇ ਘਰ ਵੀਰ ਕਦੋਂ ਆਊ ਮੇਰੀ ਅੰਮੀਏ ਵੀਰ ਨੂੰ ਖਡਾਉਣ ਦਾ ਏ ਚਾ ਮਾਏ ਮੇਰੀਏ ਮਾਤਾ ਤ੍ਰਿਪਤਾ ਕਹਿੰਦੀ ਕਹਿੰਦੀ ਤੈਨੂੰ ਵੀਰ ਚਾਹੀਦਾ ਭਰਾ ਚਾਹੀਦਾ ਨਾਨਕੀ ਹਾਂ ਮਾਂ ਕਹਿੰਦੀ ਮੈਂ ਵੀ ਬੇਨਤੀਆਂ ਕਰਦੀ ਹਾਂ ਤੂੰ ਵੀ ਅਰਦਾਸਾਂ ਕਰ ਤੂੰ ਵੀ ਤਰਲਾ ਲੈ ਮਾਲਕ ਦੇ ਅੱਗੇ ਮਾਤਾ ਤ੍ਰਿਪਤਾ ਦੀਆਂ ਅਰਦਾਸਾਂ ਬੰਦਗੀ ਭੈਣ ਨਾਨਕੀ ਦੀਆਂ ਦੁਆਵਾਂ ਬਾਬਾ ਕਲਿਆਣ ਚੰਦ ਦੇ ਘਰ ਵਿੱਚ ਉਹ ਕਹਿੰਦੇ ਮਾਤਾ ਤ੍ਰਿਪਤਾ ਦੀ ਕੁੱਖ ਹਰੀ ਹੋਈ ਭਾਗ ਲੱਗੇ ਇੱਕ ਸਾਲ ਬਾਅਦ ਮਾਤਾ ਤ੍ਰਿਪਤਾ ਜੀ ਗਰਭਵਤੀ ਨੇ ਇੱਕ ਸਾਲ ਬਾਅਦ ਜਦੋਂ ਕਹਿੰਦੇ ਮਹਾਰਾਜ ਨੇ ਆਉਣਾ ਬਾਬਾ ਕਲਿਆਣ ਚੰਦ ਬੁਲਾ ਕੇ ਲਿਆਇਆ ਦੌਲਤਾਂ ਦਾਈ ਨੂੰ ਦੌਲਤਾਂ ਦਾਈ ਨੂੰ ਕਹਿੰਦਾ ਸੁਣਿਓ ਧਿਆਨ ਨਾਲ ਕਹਿੰਦਾ ਦੌਲਤਾਂ ਅੱਜ ਤੱਕ ਤੂੰ ਬੜੇ ਲੋਕਾਂ ਦੇ ਘਰਾਂ 'ਚ ਕੰਮ ਕੀਤਾ ਮੇਰੇ ਘਰ ਵਾਲੀ ਮਾਤਾ ਤ੍ਰਿਪਤਾ ਮੇਰੇ ਘਰ ਵਿੱਚ ਕੋਈ ਬਾਲਕ ਆ ਜੇ ਮੇਰੇ ਘਰ ਵਿੱਚ ਕੋਈ ਚੰਗੀ ਰੂਹ ਆ ਜੇ ਕਹਿੰਦੇ ਦੌਲਤਾਂ ਤੈਨੂੰ ਉਦੋਂ ਬਾਅਦ ਕੰਮ ਕਰਨ ਦੀ ਲੋੜ ਨਹੀਂ ਪੈਣੀ ਕਿਸੇ ਦੇ ਘਰ 'ਚ ਤੂੰ ਮਾਇਆ ਚਾਹੀਦੀ ਧਨ ਚਾਹੀਦਾ ਗਹਿਣੇ ਚਾਹੀਦੇ ਸੋਨਾ ਚਾਹੀਦਾ ਜੋ ਮਰਜ਼ੀ ਮੰਗ ਲੈ ਸੁਣਿਓ ਦੌਲਤਾਂ ਦਾਈ ਪਤਾ ਕੀ ਕਹਿੰਦੀ ਕਹਿੰਦੀ ਪਟਵਾਰੀਆ ਮੈਂ ਤੇਰੇ ਘਰ ਵਾਲੀ ਦੀ ਸੇਵਾ ਕਰਾਂਗੀ ਤੇਰੇ ਪਰਿਵਾਰ 'ਚ ਰਹਾਂਗੀ ਤੇਰੇ ਘਰ ਵਿੱਚ ਬਾਲਕ ਆਇਆ ਮੈਨੂੰ ਘਾਟ ਛੱਡੀ ਨਾ ਇਹਨਾਂ ਬਚਨਾਂ 'ਤੇ ਰਹੀ ਤੂੰ ਇਹ ਨਾ ਹੋਵੇ ਬਾਅਦ 'ਚ ਮੁੱਕਰ ਜਾਵੇ ਕਹਿੰਦਾ ਮੈਂ ਨਹੀਂ ਮੁੱਕਰਦਾ ਸੁਣਿਓ ਲੱਗੀ ਦੌਲਤਾਂ ਦਾਈ ਉਦਣ ਦੀ ਸੇਵਾ 'ਚ ਸਤਸੰਗ ਜੀ ਉਹ ਦਿਨ ਆਇਆ ਭੈਣ ਨਾਨਕੀ ਦੀਆਂ ਅਰਦਾਸਾਂ ਨੂੰ ਬੂਰ ਪਿਆ ਭੈਣ ਨਾਨਕੀ ਦੀਆਂ ਦੁਆਵਾਂ ਨੂੰ ਬੂਰ ਪਿਆ ਇੱਕ ਸਾਲ ਬਾਅਦ ਬਾਬਾ ਕਲਿਆਣ ਚੰਦ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਨੇ ਪ੍ਰਕਾਸ਼ ਧਾਰਿਆ ਜਦੋਂ ਮਾਤ ਲੋਕ ਦੀ ਧਰਤੀ ਤੇ ਆਏ ਪ੍ਰਕਾਸ਼ ਧਾਰਿਆ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਨੇ ਸਤਸੰਗ ਜੀ ਉਹ ਮੋਤੀਆਂ ਵਰਗੇ ਹੀਰਿਆਂ ਵਰਗੇ ਨੈਣ ਦੌਲਤਾਂ ਦਾਈ ਨੇ ਜਨਮ ਦਵਾਇਆ ਜਦੋਂ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਨਮ ਲੈਂਦਿਆਂ ਸਾਰ ਨੇਤਰ ਭਰ ਕੇ ਦੌਲਤਾਂ ਦਾਈ ਨੂੰ ਤੱਕਿਆ ਕਹਿੰਦੇ ਦੌਲਤਾਂ ਦਾਈ ਦੀਆਂ ਜਨਮਾਂ ਜਨਮਾਂਤਰਾਂ ਦੀਆਂ ਭੁੱਖਾਂ ਮੇਟਦੀਆਂ ਉਹਦਾ ਤਾਂ ਜਨਮ ਮਰਨ ਉੱਥੇ ਹੀ ਘੱਟਦਾ ਕਿੱਡੀ ਭਾਗਾਂ ਵਾਲੀ ਹੋਏਗੀ ਦੌਲਤਾਂ ਦਾਈ
ਜਿਹਨੇ ਸਭ ਤੋਂ ਪਹਿਲਾਂ ਮਹਾਰਾਜ ਦੇ ਦਰਸ਼ਨ ਕੀਤੇ। ਕਹਿੰਦੇ ਦਰਸ਼ਨ ਪਹਿਲੀ ਵਾਰ ਕੀਤੇ, ਦੌਲਤਾਂ ਦਾਈ ਨੇ ਜਨਮ ਦਵਾਇਆ, ਮਾਤਾ ਤ੍ਰਿਪਤਾ ਜੀ ਦੀ ਗੋਦ ਵਿੱਚ ਰੱਖਿਆ ਗੁਰੂ ਨਾਨਕ ਸਾਹਿਬ ਨੂੰ। ਭੱਜੀ ਆਈ ਵਾਰ, ਪਟਵਾਰੀ ਜੀ ਵੇ ਪਟਵਾਰੀ ਆ ਵਾਜਾ ਮਾਰ ਦੀਏ, ਜਦੋਂ ਆਏ ਬਾਬਾ ਕਲਿਆਣ ਚੰਦ, ਉਹ ਕੀ ਹੋਇਆ ਦੌਲਤਾਂ ਤੂੰ ਇੰਨੀ ਭੱਜੀ ਫਿਰਦੀ, ਕੀ ਹੋਇਆ? ਉਹ ਕਹਿੰਦੀ ਤੈਨੂੰ ਵਧਾਈਆਂ ਹੋਣ, ਤੈਨੂੰ ਕਰੋੜਾਂ ਵਧਾਈਆਂ। ਕਾਹਦੀਆਂ? ਕਹਿੰਦੀ ਤੇਰੇ ਘਰ ਵਿੱਚ ਬਾਲਕ ਆਇਆ, ਤੇਰੇ ਘਰ ਵਿੱਚ ਲਾਲ ਆਇਆ, ਲਾਲ ਵੀ ਕਾਹਦਾ ਆਇਆ? ਮੈਂ ਇਹਨਾਂ ਹੱਥਾਂ ਨਾਲ ਬੜੀਆਂ ਮਾਵਾਂ ਦੇ ਬੱਚਿਆਂ ਨੂੰ ਜਨਮ ਦਵਾਏ ਨੇ, ਪਰ ਪਟਵਾਰੀ ਆ ਜਿਹੜਾ ਤੇਰੇ ਘਰ ਵਿੱਚ ਲਾਲ ਆਇਆ, ਇਹੋ ਜਿਹਾ ਲਾਲ ਨਹੀਂ ਮੈਂ ਵੇਖਿਆ, ਨਹੀਂ ਵੇਖਿਆ ਲਾਲ। ਧਰਤੀ ਤੇ ਪੈਰ ਨਹੀਂ ਲੱਗਦੇ ਬਾਬਾ ਕਲਿਆਣ ਚੰਦ ਦੇ, ਧਰਤੀ ਤੇ ਪੈਰ ਨਹੀਂ ਲੱਗਦੇ। ਉਹ ਕਹਿੰਦੇ ਦੌਲਤਾਂ ਮੇਰੇ ਘਰ ਦੇ ਭੰਡਾਰੇ ਸਾਰੇ ਖੋਲ ਦਿਓ। ਬਾਬਾ ਕਲਿਆਣ ਚੰਦ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਤਾ ਕਹਿੰਦੇ ਮੇਰੇ ਘਰ ਵਿੱਚ ਕੋਈ ਵਧਾਈ ਦੇਣ ਆਵੇ, ਕੋਈ ਮਾਇਆ ਮੰਗੇ, ਧਨ ਮੰਗੇ, ਕੱਪੜੇ ਮੰਗੇ, ਕਹਿੰਦੇ ਭੰਡਾਰੇ ਖੋਲ ਦਿਓ, ਮੇਰਾ ਪੁੱਤਰ ਇਸ ਧਰਤੀ ਤੇ ਆ ਗਿਆ। ਤੇ ਬਾਬਾ ਕਲਿਆਣ ਚੰਦ ਕਹਿੰਦੇ ਦੌਲਤਾਂ ਤੈਨੂੰ ਵਚਨ ਕੀਤਾ ਸੀ, ਕਹਿੰਦੇ ਮੇਰੇ ਪੈਰ ਧਰਤੀ ਤੇ ਨਹੀਂ ਲੱਗਦੇ, ਇੱਕ ਵਾਰੀ ਮੂੰਹੋਂ ਬੋਲ ਤੈਨੂੰ ਕੀ ਚਾਹੀਦਾ, ਧਨ ਮਾਇਆ ਬੋਲ ਕੀ ਚਾਹੀਦਾ। ਦੌਲਤਾਂ ਦਾ ਹੀ ਹੱਥ ਜੋੜ ਕੇ ਪਤਾ ਕੀ ਕਹਿੰਦੀ? ਕਹਿੰਦੀ ਪਟਵਾਰੀਆ ਮੈਂ ਬੜਿਆਂ ਬਾਲਕਾਂ ਨੂੰ ਜਨਮ ਦਵਾਏ ਨੇ, ਤੇਰੇ ਬਾਲਕ ਨੂੰ ਵੇਖਦਿਆਂ ਸਰ ਮੇਰੇ ਦਿਲ ਵਿੱਚ ਇੱਕੋ ਗੱਲ ਆਉਂਦੀ ਏ, ਕਹਿੰਦੀ ਮੈਂ ਤੇਰੇ ਤੋਂ ਕੁਛ ਨਹੀਂ ਲੈਣਾ, ਕੁਛ ਨਹੀਂ ਚਾਹੀਦਾ, ਮੈਨੂੰ ਨਹੀਂ ਕੁਛ ਵੀ ਚਾਹੀਦਾ। ਕਹਿੰਦਾ ਕਿਉਂ? ਮਾਇਆ ਮੰਗ ਲੈ, ਕੱਪੜੇ ਮੰਗ ਲੈ, ਧਨ ਮੰਗ ਲੈ, ਕੁਛ ਤਾਂ ਮੰਗ। ਕਹਿੰਦੀ ਕੁਛ ਨਹੀਂ ਚਾਹੀਦਾ, ਇੱਕੋ ਮੰਗ ਮੰਗਣੀ ਬਸ। ਕੀ ਮੰਗ? ਮੈਂ ਤੇਰੇ ਤੋਂ ਇਹ ਮੰਗ ਮੰਗਣੀ ਏ, ਕਹਿੰਦੀ ਜਦੋਂ ਮੈਂ ਤੇਰੇ ਘਰ ਵਿੱਚ ਇਸ ਬਾਲਕ ਦੇ ਦਰਸ਼ਨ ਕਰਨ ਆਵਾਂ, ਸਾਰੀ ਜ਼ਿੰਦਗੀ ਮੈਨੂੰ ਇਹਦੇ ਦਰਸ਼ਨਾਂ ਤੋਂ ਨਾ ਰੋਕੀ, ਬਸ ਮੈਨੂੰ ਕੁਛ ਨਹੀਂ ਚਾਹੀਦਾ। ਕਹਿੰਦਾ ਦਰਸ਼ਨਾਂ ਤੋਂ? ਆਮ ਬਾਲਕਾਂ ਵਰਗਾ ਬਾਲਕ ਏ, ਐਸਾ ਕੀ ਮੇਰੇ ਲਾਲਚ ਜਿਹੜਾ ਤੂੰ ਦਰਸ਼ਨ ਕਰਨੇ ਨੇ? ਉਹ ਤੈਨੂੰ ਲੱਗਦਾ ਹੈ ਆਮ ਏ। ਲਾਲ ਵੇਖਿਆ ਨਹੀਂ ਤੇਰੇ ਲਾਲ ਵਰਗਾ, ਮੈਂ ਲਾਲ ਵੇਖਿਆ ਨਹੀਂ ਤੇਰੇ ਲਾਲ ਵਰਗਾ, 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 ਵੇਖਿਆ ਨਹੀਂ ਤੇਰੇ ਲਾਲ ਵਰਗਾ, ਲਾਲ ਵੇਖਿਆ ਨਹੀਂ ਤੇਰੇ। ਮੈਨੂੰ ਨਹੀਂ ਕੁਛ ਵੀ ਚਾਹੀਦਾ।
ਮੈਂ ਸੇਵਾ ਕਰਨੀ ਹੈ। ਸੁਣਿਓ, ਬਾਬਾ ਕਲਿਆਣ ਚੰਦ ਨੂੰ ਪਤਾ ਲੱਗਿਆ ਲੋਕੀ ਵਧਾਈਆਂ ਦੇਣ ਆਉਣ ਲੱਗੇ, ਉਹ ਬੇਬੇ ਨਾਨਕੀ ਨੂੰ ਜਦੋਂ ਪਤਾ ਲੱਗਿਆ ਕਹਿੰਦੇ ਖੁਸ਼ੀ ਦੀ ਹੱਦ ਨਹੀਂ ਰਹੀ। ਬੇਬੇ ਨਾਨਕੀ ਦੌਲਤਾਂ ਦਾਈ ਨੇ ਜਦੋਂ ਦੱਸਿਆ ਨਾ ਨਾਨਕੀ ਉਹ ਤੇਰਾ ਵੀਰ ਆ ਗਿਆ। ਬੇਬੇ ਨਾਨਕੀ ਦੇ ਪੈਰ ਨੀ ਧਰਤੀ ਦੇ ਲੱਗਦੇ, ਕਹਿੰਦੀ ਕਿਸੇ ਨੂੰ ਨਾ ਵਿਖਾਓ ਮੇਰਾ ਭਰਾ ਹੈ, ਤੁਸੀਂ ਕਿਸੇ ਨੂੰ ਵਿਖਾਓ ਨਾ, ਸਭ ਤੋਂ ਪਹਿਲਾਂ ਮੈਂ ਦਰਸ਼ਨ ਕਰਨੇ, ਮੈਂ ਵੇਖਣਾ। ਦਰਸ਼ਨ ਕਾਹਦੇ ਸੀ? ਕਹਿੰਦੇ ਜਦੋਂ ਬੇਬੇ ਨਾਨਕੀ ਨੇ ਵੇਖਿਆ ਤੇ ਕੀ ਤੱਕਿਆ ਹੈ, ਪਿਤਾ ਕਾਲੂ ਨੂੰ ਬੈਤ ਪਿਆਰਾ ਮਾਂ ਤ੍ਰਿਪਤਾ ਦੀ ਅੱਖ ਦਾ ਤਾਰਾ, ਆਮ ਨਹੀਂ ਹੈ ਖਾਸ ਹੈ ਲੱਗਦਾ ਅੱਜ ਦਾ ਜੰਮਿਆ ਬਾਲ ਪਿਆਰਾ, ਉਹ ਜਿੱਥੇ ਬਾਬੇ ਜਨਮ ਲਿਆ ਨਨਕਾਣਾ ਹੋਣੀ ਥਾਂ, ਭੈਣ ਨਾਨਕੀ ਮਹੇਰੀ ਦਾ ਨਾਨਕ ਰੱਖਣਾ ਨਾ, ਭੈਣ ਨਾਨਕੀ ਮਹੇਰੀ ਦਾ ਨਾਨਕ ਰੱਖਣਾ ਨਾ, ਭੈਣ ਨਾਨਕੀ ਮਹੇਰੀ ਦਾ ਨਾਨਕ ਰੱਖਣਾ ਨਾ, ਭੈਣ ਨਾਨਕੀ ਮਹੇਰੀ ਦਾ ਉਹ ਨਾਨਕ ਰੱਖਣਾ ਨਾ, ਭੈਣ ਨਾਨਕੀ ਨਾਮ ਤੋਂ ਰੱਖਣਾ। ਆਏ ਗੋਦੀ ਚ ਚੁੱਕਦੀ ਹੈ ਭੈਣ ਨਾਨਕੀ, ਗੋਦੀ ਵਿੱਚ ਚੁੱਕਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਇੰਨਾ ਲਾਡ ਲਡਾਉਂਦੀ, ਚਿੱਤ ਕਰਦਾ ਬਨ ਦੇ ਮਸਹਿਰਾ ਇੱਕ ਦਿਨ ਦਾ ਅਜੇ ਵੀਰ ਹੈ ਮੇਰਾ, ਰੁੱਸ ਨਾ ਜਾਵੇ ਵੀਰੇ ਮੇਰਾ, ਰੁੱਸ ਨਾ ਜਾਵੇ ਵੀਰੇ ਮੇਰਾ, ਜਦੋਂ ਪਿਆਰ ਦੇ ਨਾਲ ਬੁਲਾਵਾਂ ਫੜ ਕੇ ਉੱਠਦਾ ਪਾ, ਸੁਣਿਓ। ਬਾਬਾ ਕਲਿਆਣ ਚੰਦ ਕਹਿੰਦੇ ਹਰਦਿਆਲ ਪੰਡਿਤ ਨੂੰ, ਕਹਿੰਦੇ ਪੰਡਤਾ ਮੇਰੇ ਪੁੱਤ ਦੀ ਕੁੰਡਲੀ ਬਣਾ। ਤਿੰਨ ਦਿਨ ਲੱਗੇ, ਤਿੰਨ ਦਿਨ, ਤਿੰਨਾਂ ਦਿਨਾਂ ਬਾਅਦ ਬਾਬਾ ਕਲਿਆਣ ਚੰਦ ਜੀ ਪੁੱਛਦੇ ਨੇ, ਕਹਿੰਦੇ ਉਹ ਮੇਰੇ ਪੁੱਤ ਦੀ ਕੁੰਡਲੀ ਬਣਾਈ ਪੰਡਿਤ ਜੀ, ਕੀ ਕਹਿੰਦੀ ਰੇਖਾ?
ਹਰਦਿਆਲ ਪੰਡਿਤ ਕਹਿੰਦਾ ਹੈ ਜਿਹੜਾ ਇਹ ਤੇਰੇ ਘਰ ਵਿੱਚ ਲਾ ਲਾਇਆ ਇਹਨੂੰ ਆਮ ਨਾ ਜਾਣੀਏ, ਪਰਮੇਸ਼ਰ ਦਾ ਰੂਪ ਆ ਗਿਆ। ਮਾਲਕ ਆਪ ਧਰਤੀ ਤੇ ਉੱਤਰ ਆਇਆ, ਇਹਦੇ ਵੱਡੇ ਗੁਣ ਹੋਣਗੇ, ਬੜਾ ਵੱਡਾ ਗਿਣਿਆ ਜਾਏ, ਵੱਡੇ ਵੱਡੇ ਕਾਰਜ ਕਰੇਗਾ। ਤੇ ਸਰ ਸੰਗਤ ਜੀ, ਰਾਗਨਾਥ ਵਜਾਇਆ ਸੀ ਬਾਬਰ ਦੀ ਡਿਉਢੀ ਅੱਗੇ ਗੁਰੂ ਨਾਨਕ ਸਾਹਿਬ ਨੇ, ਪਰ ਭਾਈ ਮਰਦਾਨੇ ਨੂੰ ਨਾਲ ਲੈ ਕੇ ਕਾਰਜ ਫਿਰ ਕਿਹੋ ਜਿਹੇ ਕੀਤੇ, ਕੌਡੇ ਰਾਕਸ਼ ਵਰਗੇ ਨੂੰ ਉਤਾਰਤਾ, ਭੂਮੀਏ ਚੋਰ ਸੱਜਣ ਠੱਗ। ਤੇ ਚੇਤੇ ਰੱਖਿਓ ਇੱਥੇ ਬਸ ਨਹੀਂ, ਬਾਬਰ ਆਇਆ, ਰਾਗਨਾਥ ਬੰਦ ਕਰਤਾ, ਫਕੀਰਾਂ ਦੇ ਦਰਵਾਜ਼ੇ ਸਾਰੇ ਬੰਦ ਕਰਤੇ, ਜੇਲ੍ਹ 'ਚ ਚੁੱਕ ਕੇ ਸਿੱਟਤੇ, ਮਹਾਰਾਜ ਨੂੰ ਵੀ ਜੇਲ੍ਹ 'ਚ ਸਿੱਟਤਾ। ਬਾਬਰ ਦੀ ਜੇਲ੍ਹ ਵਿੱਚ ਜਾ ਕੇ ਜਦੋਂ ਗੁਰੂ ਨਾਨਕ ਨੇ ਤਾਰ ਛੇੜੀ ਤੇ ਬਾਬਰ ਨੇ ਵੀ ਚਰਨਾਂ 'ਚ ਆ ਕੇ ਸਿਰ ਝੁਕਾਤਾ, ਇੱਕੋ ਗੱਲ ਆਖੀ ਬਾਬਰ ਨੇ, ਕਹਿੰਦਾ ਐਸਾ ਜੋਗੀ। ਬਾਬਰ ਦੇ ਅਹਿਲਕਾਰ ਕਹਿੰਦੇ ਸਿਪਾਹੀ ਬੜੇ ਫੜੇ ਸੀ ਅੱਗੇ ਵੀ, ਫਕੀਰ ਬੜੇ ਫੜ ਕੇ ਅੰਦਰ ਬੰਦ ਕੀਤੇ ਸੀ, ਪਰ ਜਿਹੜਾ ਇਹ ਜੋਗੀ ਆਇਆ ਬਾਬਰ ਜੀ ਆ ਕੇ ਵੇਖ। ਭਾਈ ਮਰਦਾਨਾ ਤਾਰ ਵਜਾਉਂਦਾ, ਚੱਕੀਆਂ ਆਪਦੇ ਆਪ ਚੱਲਦੀਆਂ, ਆਪਣੇ ਆਪ ਚੱਲਦੀਆਂ, ਚੱਕੀਆਂ ਕਾਹਦੀਆਂ ਬਣ ਗਈਆਂ, ਮਸ਼ੀਨਾਂ ਬਣ ਗਈਆਂ, ਚੱਕੀਆਂ ਨਾ ਰਹਿ ਗਈਆਂ। ਬਾਬਰ ਨੇ ਜਦੋਂ ਜੇਲ੍ਹ 'ਚ ਫੜ ਕੇ ਬੰਦ ਕੀਤਾ ਸੀ ਨਾ ਮਹਾਰਾਜ ਨੂੰ, ਅਹਿਲਕਾਰ ਕਹਿੰਦੇ ਉਹ ਆ ਕੇ ਵੇਖੋ, ਕਹਿੰਦਾ ਕੀ ਵੇਖਾਂ, ਕਹਿੰਦੇ ਉਹ ਤਾਰ ਛੇੜਦੇ ਨੇ ਤੇ ਚੱਕੀਆਂ ਆਪਣੇ ਆਪ ਚੱਲਦੀਆਂ, ਕਹਿੰਦਾ ਐ ਨਹੀਂ ਹੋ ਸਕਦਾ। ਕਹਿੰਦੇ ਜੋਗੀ ਕਹਦਾ ਆਇਆ, ਇੱਕ ਚੋਰ ਕਰਦਾ ਹੈ, ਇੱਕ ਰਬਾਬ ਵਜਾਉਂਦਾ ਹੈ, ਜਿਹੜਾ ਵਿਚਾਲੇ ਸਮਾਧੀ ਲਾ ਕੇ ਬੈਠਾ ਹੈ ਨਾ, ਉਹ ਤਾਂ ਦਿਲ ਐਂ ਕਰਦਾ ਵੇਖੀ ਜਾਈਏ, ਇੰਨਾ ਸੋਹਣਾ ਲੱਗਦਾ। ਬਾਬਰ ਜੀ ਵੇਖਦਾ ਸਹੀ ਆ ਕੇ, ਕਹਿੰਦਾ ਚਲੋ ਚੱਲੀਏ। ਜਦੋਂ ਵੇਖਦਾ ਹੈ ਕੈਦੀਆਂ ਨੇ ਚੱਕੀਆਂ ਛੱਡਤੀਆਂ, ਭਾਈ ਮਰਦਾਨਾ ਰਬਾਬ ਵਜਾਉਂਦਾ, ਚੱਕੀਆਂ ਆਪਦੇ ਆਪ ਚੱਲਦੀਆਂ। ਉਹ ਬਾਬਰਾ ਤੱਕਿਆ ਮੈਂ ਬਾਬਰ ਦੇ ਦਰਬਾਰ, ਇੱਕ ਮਸਤਾਨਾ ਜੋਗੀ, 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 ਤੱਕਿਆ ਭਾਈ ਵੀ ਬੋਲਿਆ ਕਰੋ ਗਾ ਜੀ। ਤੱਕਿਆ ਮੈਂ ਬਾਬਰ ਦੇ ਜੇਲਖਾਨੇ, ਪੀਸਣ ਨੂੰ ਮਿਲਦੇ ਦਾਣੇ, ਬਾਬਰ ਦੇ ਜੇਲਖਾਨੇ, ਪੀਸਣ ਨੂੰ ਮਿਲਦੇ ਦਾਣੇ, ਬਾਬਰ ਦੇ ਜੇਲਖਾਨੇ, ਪੀਸਣ ਨੂੰ ਮਿਲਦੇ, ਬੋਲੋ ਚੱਕੀ ਤਾਂ ਬੋਲੇ ਸੱਚ ਕਰਦਾ।
ਧਰਤੀ ਤੇ ਲਿਖਦੇ ਸਤ ਕਰਤਾ ਇੱਕ ਮਸਤਾ ਚਰਨਾਂ ਤੇ ਟਹਿ ਗਿਆ, ਨਜ਼ਰਾਂ ਮਾਰੇ ਨੇਤਰ ਖੁੱਲੇ, ਜਦੋਂ ਚਰਨਾਂ ਤੇ ਟਹਿ ਪਿਆ ਕੋਈ ਸੋਝੀ ਹੋਸ਼ ਬੋਸ਼ ਨਹੀਂ ਰਹੀ, ਨੇਤਰ ਹੈ ਕਹਿੰਦੇ ਸੀ ਚਰਨਾਂ ਤੇ ਟਵੇ ਨਾ ਬਾਬਰ ਹੋ, ਜਿਹਨੂੰ ਨਾਨਕੀ ਦੇ ਵੀਰੇ ਦਾ ਦੀਦਾਰ ਹੋ ਗਿਆ, ਦਰਸ਼ਨ ਹੋ ਗਏ। ਕਹਿੰਦੇ ਬਾਬਰ ਚਰਨਾਂ ਤੇ ਟਹਿ ਪਿਆ, ਕਹਿੰਦਾ ਚੱਕੀ ਖੋਲੋ ਫਟਾਫਟ, ਇਹ ਤਾਂ ਗਲਤ ਫਕੀਰ ਫੜ ਲਿਆਂਦੇ, ਇਹ ਤਾਂ ਵੱਡੇ ਫਕੀਰ ਨੇ ਕੋਈ ਸੁਣਿਓ। ਮਹਾਰਾਜ ਕਹਿੰਦੇ ਅਸੀਂ ਨਹੀਂ ਜਾਂਦੇ, ਬਾਬਰਾ ਤੂੰ ਕਾਹਦਾ ਬਾਬਰ ਹੈ, ਤੂੰ ਤਾਂ ਜ਼ਾਲਮ ਹੈ, ਫਕੀਰਾਂ ਤੇ ਜ਼ੁਲਮ ਕਰਦਾ, ਮੰਦਰਾਂ ਮਸੀਤਾਂ ਨੂੰ ਤਾਲੇ ਲਵਾ ਤੇ, ਖਲਵਾ ਤਾਲੇ, ਰਿਹਾ ਕਰ ਫਕੀਰ। ਸਾਰੇ ਫਕੀਰ ਮਹਾਰਾਜ ਨੇ ਛਡਾਏ। ਸਾਧ ਸੰਗਤ ਬਚਨ ਮੰਨ ਲਿਆ ਬਾਬਰ ਨੇ ਵੀ, ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਮਨਾਉਂਦਿਆਂ ਨੂੰ ਸਾਰੀ ਸਾਰੀ ਜ਼ਿੰਦਗੀ ਲੰਘ ਗਈ, ਪਰ ਸਾਡੇ ਹਾਲਾਤ ਕੀ ਨੇ? ਜਿੱਥੇ ਅੱਜ ਤੋਂ 20 ਸਾਲ ਪਹਿਲਾਂ ਖੜੇ ਸੀ ਉੱਥੇ ਹੀ ਖੜੇ ਹਾਂ, ਜਿੱਥੇ 50 ਸਾਲ ਪਹਿਲਾਂ ਖੜੇ ਸੀ ਉੱਥੇ ਹੀ ਅੱਜ ਖੜੇ ਹਾਂ। 70-70 ਸਾਲ ਦੀ ਉਮਰ ਭੋਗਣ ਵਾਲੇ 70-70 ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਗੁਰਪੁਰਬ ਮਨਾ ਚੁੱਕੇ ਨੇ, ਪਰ ਹਾਲਾਤ ਕੀ ਨੇ? ਤੇਰੇ ਅੰਦਰੋਂ ਮੇਲ ਨਾ ਜਾਵੇ ਨੁੰਦਾ ਫਿਰੇ ਤੀਰਥਾਂ ਤੇ, 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 ਅੰਦਰੋਂ ਮੇਲ ਨਾ ਜਾਵੇ ਨੁੰਦਾ ਫਿਰੇ ਤੀਰਥਾਂ ਤੇ। ਦਿਨ ਰਾਤ ਤੁਰੇ ਫਿਰਦੇ ਆ, ਪਰ ਗੱਲ ਉਦਣ ਬਣਨੀ ਜਿੱਦਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਆਪਾਂ ਦਿਲ 'ਚ ਵਸਾਉਂਦੇ। ਖੇਡ ਉਦਣ ਬਣਨੀ, ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ
ਸਰ ਸੰਗੇ ਜੀ ਭੈਣ ਨਾਨਕੀ ਦੇ ਵੀਰ ਦੇ ਜਿਹਨਾਂ ਨੂੰ ਦਰਸ਼ਨ ਹੋ ਗਏ, ਜਿਹਨਾਂ 'ਤੇ ਨਜ਼ਰਾਂ ਪੈ ਗਈਆਂ, ਜੀਵਨ ਨਿਹਾਲ ਹੋ ਗਏ। ਅਤੇ ਜਿੰਨੇ ਆਪਾਂ ਆਏ ਹਾਂ, ਜਿੰਨੇ ਆਪਾਂ ਆਏ ਹਾਂ, ਆਪਾਂ ਨਜ਼ਰਾਂ ਤਾਂ ਪਵਾਉਣ ਆਏ ਹਾਂ ਤੇ ਰੋਜ਼ ਪੜ੍ਹਦੇ ਹਾਂ, ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਬਸ ਨਦਰਾਂ ਨਾਲ ਹੀ ਮਹਾਰਾਜ ਨੇ ਤਾਰ ਦੇਣਾ। ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ। ਮਹਾਂਪੁਰਸ਼ ਬਾਬਾ ਸੁਰਜੀਤ ਸਿੰਘ ਜੀ USA ਦੀ ਧਰਤੀ ਤੋਂ, ਅਮਰੀਕਾ ਤੋਂ ਇੱਥੇ ਜਦੋਂ ਵੀ ਆਉਂਦੇ ਨੇ, ਦਿਨ ਰਾਤ ਇਹ ਸਮਾਗਮਾਂ ਦੀਆਂ, ਗੁਰੂ ਸਾਹਿਬ ਦੇ ਪ੍ਰਚਾਰ ਦੀਆਂ ਸਮਾਵਾਂ ਚਾਹ ਰਹਿੰਦਾ ਇਹਨਾਂ ਦੇ ਮਨ ਵਿੱਚ, ਗੁਰੂ ਕੀਆਂ ਸੰਗਤਾਂ ਨੂੰ ਰੱਬ ਦੇ ਪਿਆਰਿਆਂ ਗੁਰਮੁਖਾਂ ਸਤਿਪੁਰਸ਼ਾਂ ਦੇ ਦਰਸ਼ਨ ਕਰਾ ਕੇ ਨਿਹਾਲ ਕਰਾਈ। ਅਤੇ ਬੜੇ ਪਿਆਰ ਵਿੱਚ ਮਹਾਂਪੁਰਸ਼ਾਂ ਨੇ ਕੱਲ ਹੀ ਮੈਨੂੰ ਸੁਨੇਹੇ ਲਾਏ ਸੀ ਅਤੇ ਆਪ ਜੀ ਦੇ ਸੰਗਤਾਂ ਦੇ ਦਰਸ਼ਨ ਕੀਤੇ ਨੇ। ਧੰਨ ਗਰੀਬ ਨਵਾਏ ਸੱਚੇ ਪਾਤਸ਼ਾਹ ਮਿਹਰ ਕਰਨ, ਬੜੇ ਸੋਹਣੇ ਜਿੱਥੇ ਦਰਬਾਰ ਮਹਾਂਪੁਰਸ਼ਾਂ ਨੇ ਬਣਾਏ ਨੇ ਉੱਥੇ ਬੜੇ ਸੋਹਣੇ ਆ ਦੀਵਾਨ ਹਾਲ ਵੀ ਨੇ, ਨਾਲ ਲੰਗਰ ਹਾਲ ਵੀ ਨੇ। ਦਿਨ ਰਾਤ ਸਮਾਵਾਂ ਕਰਕੇ ਮਹਾਰਾਜ ਸਾਹਿਬ ਜੀ ਨੇ ਵੱਡੀਆਂ ਬਖਸ਼ਿਸ਼ਾਂ, ਵੱਡੀਆਂ ਮਿਹਰਾਂ ਕੀਤੀਆਂ ਨੇ। ਅਤੇ ਧੰਨ ਗਰੀਬ ਨਵਾਏ ਸੱਚੇ ਪਾਤਸ਼ਾਹ ਕਿਰਪਾ ਕਰਨ। ਅਤੇ ਜਿੰਨੀਆਂ ਸੰਗਤਾਂ ਆਈਆਂ ਨੇ, ਸਾਰੀ ਸੰਗਤ ਦੇ ਚਰਨਾਂ 'ਚ ਦਾਸ ਇਹ ਬੇਨਤੀ ਕਰਦਾ ਹੈ, ਇਹਨਾਂ ਫਸਲ ਜਿੱਡੀ ਮਰਜ਼ੀ ਵੱਡੀ ਹੋਵੇ, ਪਤਾ ਝਾੜ ਤੋਂ ਲੱਗਦਾ ਹੁੰਦਾ ਹੈ, ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ, ਅੰਮ੍ਰਿਤ ਛਕੋ, ਮਾਤਾ ਸਾਹਿਬ ਕੌਰ ਜੀ ਦੀ ਗੋਦ ਦੇ ਸ਼ਿੰਗਾਰ ਬਣੀਏ ਆਪਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਿਆਰ ਕਰੀਏ ਅਤੇ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਬਹਿ ਕੇ ਰੋਜ਼ ਇਹ ਬੇਨਤੀ ਕਰਿਆ ਕਰੋ, ਇਹ ਪੱਲੇ ਬੰਨ ਕੇ ਲੈ ਜੇ ਇੱਥੋਂ, ਤੂੰ ਸਾਹ ਦਿੱਤੇ, ਤੂੰ ਸਰੀਰ ਦਿੱਤਾ, ਤੂੰ ਧਰਤੀ ਦਿੱਤੀ, ਤੂੰ ਅਨਾਜ ਦਿੱਤਾ, ਤੂੰ ਜੀਵਨ ਦਿੱਤਾ, ਉਹ ਮਾਲਕਾ ਜੇ ਇਸ ਧਰਤੀ 'ਤੇ ਲੈ ਆਇਆ ਤੈਨੂੰ ਨਾ ਕਿਤੇ ਭੁੱਲ ਜੀਏ, ਆ ਆਏ ਅਰਦਾਸ ਬੇਨਤੀ ਕਰ ਲਿਆ ਕਰੋ ਮਹਾਰਾਜ ਦੇ ਚਰਨਾਂ 'ਚ। ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਮਿਲਿਆਂ ਨੂੰ ਹੋ ਗਏ ਬਹੁਤੇ ਅੱਛੇ। ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਮਿਲਿਆਂ ਨੂੰ ਹੋ ਗਏ ਬਹੁਤੇ ਅੱਛੇ। ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਮਿਲਿਆਂ ਨੂੰ ਹੋ ਗਏ ਬਹੁਤੇ ਅੱਛੇ। ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਮਿਲਿਆਂ ਨੂੰ ਹੋ ਗਏ ਬਹੁਤੇ ਅੱਛੇ। ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਮਿਲਿਆਂ ਨੂੰ ਹੋ ਗਏ ਬਹੁਤੇ ਅੱਛੇ।
ਬੇਨਤੀਆਂ ਐਸੇ ਤਰਲੇ ਜਦੋਂ ਮਹਾਰਾਜ ਸਾਹਿਬ ਦੇ ਚਰਨਾਂ ਦੇ ਲਾਂਗੇ ਫਿਰ ਚੇਤੇ ਰੱਖਿਓ ਮੇਲ ਲਿਹੋ ਦਿਆਲ ਤੈ ਪਏ ਦੁਆਰਿਆ ਰੱਖ ਲਿਹੋ ਪਰਮਤ ਫਿਰ ਮਹਾਰਾਜ ਕਿਰਪਾ ਕਰਦੇ ਗੁਰੂ ਸਾਹਿਬ ਮਿਹਰ ਕਰਦੇ ਜਦੋਂ ਤਰਲੇ ਲੈ ਕੇ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕਰਾਂਗੇ ਗੁਰੂ ਸਾਹਿਬ ਦੀਆਂ ਨਦਰਾਂ ਜਦੋਂ ਪੈ ਗਈਆਂ ਇਹ ਚੇਤੇ ਰੱਖਿਓ ਸਤਸੰਗ ਜੀ ਕਰੋੜਾਂ ਜਨਮਾਂ ਦੇ ਪਾਪ ਇੱਕ ਪਾਸੇ ਗੁਰੂ ਨਾਨਕ ਦੀ ਇੱਕ ਛਿੰਨੀ ਨਜ਼ਰ ਇੱਕ ਪਾਸੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਫਿਰ ਮਿਹਰਾਂ ਕਰਦੇ ਨੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੁਸੀਂ ਸਾਰੇ ਮਨਾ ਰਹੇ ਹੋ ਅਤੇ ਬੜੇ ਪਿਆਰ ਵਿੱਚ ਮਹਾਂਪੁਰਸ਼ਾਂ ਨੇ ਤੁਹਾਨੂੰ ਸਾਰਿਆਂ ਨੂੰ ਜੋੜਨ ਦਾ ਉਪਰਾਲਾ ਕੀਤਾ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀਆਂ 'ਤੇ ਆਏ ਤਾਂ ਨੇ ਪਰ ਮੁੜ ਕੇ ਗਏ ਨਹੀਂ ਕਦੇ ਵੀ ਸਰੀਰ ਕਰਕੇ 10 ਗੁਰੂ ਸਾਹਿਬਾਨ ਆਏ ਨੇ ਅਤੇ ਅੱਜ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਿੱਚ ਵਿਚਰਦੇ ਹਨ ਇਸੇ ਕਰਕੇ ਮੈਂ ਬੇਨਤੀ ਕੀਤੀ ਸੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਕਿਸੇ ਨੇ ਨਹੀਂ ਤੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਕਿਸੇ ਨੇ ਨਹੀਂ ਤੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਕਿਸੇ ਨੇ ਨਹੀਂ ਤੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਕਿਸੇ ਨੇ ਨਹੀਂ ਤੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਕਿਸੇ ਨੇ ਨਹੀਂ ਤੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਕਿਸੇ ਨੇ ਨਹੀਂ ਤੋਲਿਆ ਧੰਨ ਤੇਰੀ ਕਮਾਈ ਵੱਡੀ ਧੰਨ ਤੇਰੀ ਕਮਾਈ ਵੱਡੀ ਧੰਨ ਤੇਰੀ ਕਮਾਈ ਵੱਡੀ ਧੰਨ ਤੇਰੀ ਕਮਾਈ ਵੱਡੀ ਧੰਨ ਤੇਰੀ ਵਹਿਮ ਭਰਮਾਂ ਚੋਂ ਦੁਨੀਆ ਕੱਢੀ ਵਹਿਮ ਭਰਮਾਂ ਚੋਂ ਦੁਨੀਆ ਕੱਢੀ ਧੁੱਪਾਂ ਵਿੱਚ ਹਲਵਾਉਂਦੀ ਧੁੱਪਾਂ ਵਿੱਚ ਹਲਵਾਉਂਦੀ ਮੌਜ ਗੁਰੂ ਨਾਨਕ ਦੀ ਮੌਜ ਗੁਰੂ ਨਾਨਕ ਦੀ ਨਨਕਾਣੇ ਉਹ ਸ਼ੂਕ 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 ਦੀ
ਕਿਰਪਾ ਕਰਦੇ ਨੇ। ਧੰਨ ਗਰੀਬਨ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ। ਇਸੇ ਤਰ੍ਹਾਂ ਤੁਸੀਂ ਹਾਜ਼ਰੀਆਂ ਭਰਦੇ ਰਹੋ, ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਲੈਂਦੇ ਲਓ, ਨਜ਼ਰਾਂ ਮਹਾਰਾਜ ਦੀਆਂ ਆਪਣੇ ਆਪ 'ਤੇ ਪਵਾਉਂਦੇ ਰਹੋ। ਸਤਿਗੁਰੂ ਜੀ ਨੇ ਭਲਾ ਕਰਨਾ, ਬਹੁਤ ਬਹੁਤ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਬਾਬਾ ਸੁਰਜੀਤ ਸਿੰਘ ਜੀ 'ਤੇ, ਮਹਾਂਪੁਰਸ਼ਾਂ ਦੇ ਸਪੁੱਤਰ, ਉਹ ਵੀ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਵਿਹੰਗਵਾਂ ਨੂੰ, ਗੁਰੂ ਦੀਆਂ ਸੰਗਤਾਂ ਨੂੰ ਬਹੁਤ ਪਿਆਰ ਕਰਦੇ। ਵੇਖੋ, ਕਿਸੇ ਨੂੰ ਕੋਈ ਸਤਿਕਾਰ ਉਹ ਦੇ ਸਕਦਾ ਜਿਹਨੂੰ ਆਪਣੇ ਆਪ ਨੂੰ ਸਤਿਕਾਰ ਬਹੁਤ ਮਿਲਿਆ ਹੋਵੇ। ਕਿਸੇ ਨੂੰ ਪਿਆਰ ਉਹ ਕਰ ਸਕਦਾ ਜਿਹੜਾ ਜਿਹਨੂੰ ਸੰਗਤ ਪਿਆਰ ਕਰੇ। ਕਈ ਵਾਰ ਕੀ ਹੁੰਦਾ ਹੈ, ਕਦਰ ਕਿਸੇ ਦੀ ਉਹੀ ਜਾਣਦਾ ਜਿਹਦੀ ਆਪਣੀ ਕਦਰ ਹੁੰਦੀ ਹੈ। ਸੋ ਬਾਬਾ ਸੁਰਜੀਤ ਸਿੰਘ ਜੀ ਉਹਨਾਂ ਪਵਿੱਤਰ ਰੂਹਾਂ 'ਚੋਂ ਇੱਕ ਰੂਹ ਨੇ, ਦਿਨ ਰਾਤ ਸੇਵਾ ਕਰਦੇ ਨੇ। ਔਰ ਮੈਂ ਜਦੋਂ ਵੀ ਬਾਬਾ ਜੀ ਨਾਲ ਗੱਲਬਾਤ ਕਰਦਾ, ਜਦੋਂ ਵੀ ਮਹਾਂਪੁਰਸ਼ਾਂ ਨੂੰ ਮਿਲਦੇ ਹਾਂ, ਹਮੇਸ਼ਾ ਇਹ ਪੋਜ਼ਿਟਿਵ ਹੀ ਰਹਿੰਦੇ ਨੇ, ਆਪ ਪੋਜ਼ਿਟਿਵ ਨੇ, ਦੂਜਿਆਂ ਨੂੰ ਵੀ ਪੋਜ਼ਿਟਿਵ ਕਰਦੇ ਨੇ। ਚੜ੍ਹਦੀ ਕਲਾ 'ਚ ਦਿਨ ਰਾਤ, ਛੋਟਾ ਕੰਮ ਕੋਈ ਕਰਦੇ ਨੇ ਉਦੋਂ ਵੱਡਾ ਹੋ ਜਾਂਦਾ ਪਤਾ ਹੀ ਨਹੀਂ ਲੱਗਦਾ। ਸੁਣਦਾ ਹੈ ਸਤਿਗੁਰ, ਕੋਈ ਸੁਣਾਉਣ ਵਾਲਾ ਚਾਹੀਦਾ ਹੈ। ਮੰਨਦਾ ਹੈ ਸਤਿਗੁਰ, ਕੋਈ ਮਨਾਉਣ ਵਾਲਾ ਚਾਹੀਦਾ। ਸਾਡੀ ਸੋਚ ਛੋਟੀ ਰਹਿ ਜਾਂਦੀ ਹੈ, ਉਹਦੀਆਂ ਬਖਸ਼ਿਸ਼ਾਂ ਬੜੀਆਂ ਵੱਡੀਆਂ ਰਹਿ ਜਾਂਦੀਆਂ। ਉਹਦੀਆਂ ਬਖਸ਼ਿਸ਼ਾਂ ਜਦੋਂ, ਜਿੱਥੇ ਦੁਨੀਆਂ ਦੀ ਸੋਚ ਖਤਮ ਹੁੰਦੀ, ਉੱਥੋਂ ਉਹਦੀ ਮਾਲਕ ਦੀ ਸੋਚ ਸ਼ੁਰੂ ਹੁੰਦੀ ਹੈ। ਸਾਡੀਆਂ ਝੋਲੀਆਂ ਉਹਦੀਆਂ ਬਖਸ਼ਿਸ਼ਾਂ ਅੱਗੇ ਛੋਟੀਆਂ ਰਹਿ ਜਾਂਦੀਆਂ। ਭਾਵਨਾ ਬਣਾ ਕੇ ਕੋਈ ਚੱਲਣ ਵਾਲਾ ਹੋਵੇ, ਸ਼ਰਧਾ ਬਣਾ ਕੇ ਕੋਈ ਚੱਲਣ ਵਾਲਾ ਹੋਵੇ, ਤੇ ਤੁਸੀਂ ਭਾਵਨਾ ਬਣਾ ਕੇ, ਸ਼ਰਧਾ ਬਣਾ ਕੇ ਪਾਈ ਜਾਇਓ। ਬੜੇ ਲੋਕ ਨਿੰਦਿਆ ਕਰਦੇ ਨੇ, ਬੜੇ ਲੋਕ ਮਾੜਾ ਬੋਲਦੇ ਨੇ। ਨਿੰਦਿਆ ਕਿਸੇ ਮਹਾਂਪੁਰਸ਼ ਦੀ ਤਾਂ ਛੱਡੋ, ਨਿੰਦਿਆ ਤਾਂ ਆਪਣੇ ਨਾਲ ਦੇ ਗਵਾਂਢੀ ਦੀ ਵੀ ਮਾੜੀ ਹੈ। ਜੇ ਅਸੀਂ ਕਿਸੇ ਨੂੰ ਵਡਿਆਉਣ ਜੋਗੇ ਨਹੀਂ, ਜੇ ਅਸੀਂ ਕਿਸੇ ਨੂੰ ਚੰਗਾ ਕਹਿਣ ਜੋਗੇ ਨਹੀਂ, ਤਾਂ ਮਾੜਾ ਕਹਿਣ ਦਾ ਵੀ ਕੋਈ ਹੱਕ ਨਹੀਂ। ਨਿੰਦਿਆ ਤਾਂ ਇੱਕ ਭਲੇ ਬੰਦੇ ਦੀ ਕੀਤੀ ਹੋਵੇ, ਉਹ ਡੋਬ ਦਿੰਦੀ। ਜਿਹੜੇ ਰੱਬ ਦੇ ਪਿਆਰੇ ਆ, ਸਤਿਪੁਰਸ਼ਾਂ ਦੀ ਕਰਦੇ ਨੇ, ਫਿਰ ਉਹ ਜਿਹੜੇ ਕਦੇ ਫਕਰ ਦੇ ਹਾਲ ਨੂੰ ਛੇੜੀਏ ਨਾ, ਭਾਵੇਂ ਹਾਲ ਹੋਵੇ ਉਹ ਹਾਲ ਹੋਵੇ, ਕਦੇ ਗੱਠੜੀ ਫਕੀਰ ਦੀ ਫੋਲੀਏ ਨਾ, ਭਾਵੇਂ ਗੱਠੜੀ ਦੇ ਵਿੱਚ ਲਾਲ ਹੋਵੇ। ਇਸੇ ਕਰਕੇ ਮੈਂ ਦਿਨ ਰਾਤ ਤੁਹਾਡੇ ਚਰਨਾਂ 'ਚ ਬੇਨਤੀਆਂ ਕੀਤੀਆਂ ਸੀ। ਕਦੇ ਮੱਥਾ ਫਕੀਰਾਂ ਨਾਲ ਲਾਇਓ, ਲੇਖਾ ਦੇਣਾ ਔਖਾ ਹੋ ਜੂਗਾ, ਕਦੇ ਮੱਥਾ ਫਕੀਰਾਂ ਨਾਲ ਲਾਇਓ, ਲੇਖਾ ਦੇਣਾ ਔਖਾ ਹੋ ਜੂਗਾ, ਕਦੇ ਮੱਥਾ ਫਕੀਰਾਂ ਨਾਲ ਲਾਇਓ, ਲੇਖਾ ਦੇਣਾ ਔਖਾ ਹੋ ਜੂਗਾ, ਕਦੇ
ਇਹ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਦਾਰੇ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਦਾਰੇ ਇਹ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਦਾਰੇ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਦਾਰੇ ਇਹ ਦਰ ਫਕੀਰਾਂ ਰੱਬ ਦੇ ਆ ਬੰਦਿਆਂ ਨੂੰ ਰੱਬ ਜਾਣੇ ਰੱਬ ਜਾਣੇ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਿਹਰ ਕਰਨ ਮਹਾਂਪੁਰਸ਼ਾਂ ਦੇ ਪਿਆਰ ਵਿੱਚ ਸਾਡੇ ਸਤਿਕਾਰਯੋਗ ਬਾਬਾ ਦਰਸ਼ਨ ਸਿੰਘ ਜੀ ਟੋੜੇ ਵਾਲੇ ਮਹਾਂਪੁਰਸ਼ ਦਾਸ ਦੇ ਨਾਲ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਏ ਨੇ ਅਤੇ ਮਹਾਂਪੁਰਸ਼ਾਂ ਨੂੰ ਵੀ ਬੇਨਤੀ 25 ਨਵੰਬਰ ਨੂੰ ਇਹਨਾਂ ਨੇ ਆਪਣੇ ਉੱਥੇ ਪਿੰਡ ਮੂਲੇਪੁਰ ਉੱਥੇ ਦੀਵਾਨ ਰੱਖੇ ਨੇ ਸਾਰੇ ਦਿਨ ਦਾ ਸਮਾਗਮ ਹੈ ਦਾਸ ਨੇ ਵੀ ਹਾਜ਼ਰੀ ਭਰਨੀ ਹੈ ਸੋ ਬੇਨਤੀ ਹੈ ਮਾਤਾ ਸਾਹਿਬ ਕੌਰ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਹੈ ਉਹ ਉੱਥੇ ਮਨਾਇਆ ਜਾਣਾ ਅਤੇ ਸਾਰੀ ਸੰਗਤ ਨੇ ਜਿਹੜੇ ਪਹੁੰਚ ਸਕਦੇ ਨੇ ਦਰਸ਼ਨ ਦੇਣੇ ਨੇ ਆਪ ਜੀ ਨੇ ਬਹੁਤ ਬਹੁਤ ਜੀ ਆਇਆਂ ਨੂੰ ਮਹਾਂਪੁਰਸ਼ਾਂ ਨੂੰ ਇਸੇ ਤਰ੍ਹਾਂ ਸਤਿਕਾਰਯੋਗ ਪਟਿਆਲੇ ਤੋਂ ਸਿਮਰਨ ਮਹੰਤ ਜੀ ਤੁਹਾਡੇ ਇੱਥੇ ਸਮਾਣੇ ਸ਼ਹਿਰ ਦੇ ਰਹਿਣ ਵਾਲੇ ਨੇ ਉੱਥੇ ਇਹਨਾਂ ਦਾ ਸਥਾਨ ਨੇ ਉਹ ਵੀ ਆਏ ਨੇ ਬਹੁਤ ਬਹੁਤ ਜੀ ਆਇਆ ਬੜੀਆਂ ਪਿਆਰ ਵਾਲੀਆਂ ਰੂਹਾਂ ਨੇ ਹਮੇਸ਼ਾ ਠੰਡੀਆਂ ਹਵਾਵਾਂ ਇਹਨਾਂ ਨੂੰ ਆਉਂਦੀਆਂ ਨੇ ਸੋ ਇਸੇ ਤਰ੍ਹਾਂ ਸਾਡੇ ਸਤਿਕਾਰਯੋਗ ਬਾਬਾ ਹਰਪਾਲ ਸਿੰਘ ਜੀ ਸੋਢੀ ਸਾਹਿਬ ਜਿਹੜੇ ਲੰਮੇ ਸਮੇਂ ਤੋਂ ਬਹੁਤ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਸਾਰੀ ਜ਼ਿੰਦਗੀ ਜਿਹਨਾਂ ਨੇ ਆਪਣੀ ਸਤਿਗੁਰੂ ਜੀ ਨੂੰ ਸਮਰਪਿਤ ਕੀਤੀ ਹੈ ਹਰ ਇੱਕ ਮਹਾਂਪੁਰਸ਼ ਨਾਲ ਹਰ ਇੱਕ ਸਤਿਪੁਰਸ਼ ਨਾਲ ਹਰ ਇੱਕ ਸਾਧੂ ਨਾਲ ਇਹਨਾਂ ਦਾ ਬਹੁਤ ਪਿਆਰ ਹੈ ਅਤੇ ਦਾਸ ਨੂੰ ਵੀ ਹਮੇਸ਼ਾ ਅਸੀਸਾਂ ਬਖਸ਼ਦੇ ਨੇ ਜੀ ਆਇਆਂ ਨੂੰ ਉਹਨਾਂ ਨੇ ਆਪ ਜੀ ਨੂੰ ਸਟੇਜ ਦੀ ਸੇਵਾ ਵੀ ਸੰਭਾਲੀ ਉਹਨਾਂ ਨੇ ਅਤੇ ਕੀਰਤਨ ਰਾਹੀਂ ਵੀ ਨਿਹਾਲ ਕੀਤਾ ਹੋਏਗਾ ਬਹੁਤ ਬਹੁਤ ਜੀ ਆ ਕਰੋੜਾਂ ਵਾਰ ਸ਼ੁਕਰ ਹੈ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਸਾਡੇ ਸਾਰਿਆਂ ਦੇ ਵਿਚਕਾਰ ਬਹਿ ਕੇ ਕਈ ਦਿਨਾਂ ਤੋਂ ਇਸ ਪ੍ਰੋਗਰਾਮ ਨੂੰ ਨਿਭਾਇਆ ਕਰੋੜਾਂ ਵਾਰ ਸ਼ੁਕਰ ਹੈ ਸੋ ਬਾਬਾ ਸੁਰਜੀਤ ਸਿੰਘ ਜੀ ਦਾ ਤਾਂ ਧੰਨਵਾਦ ਹੈ ਹੀ ਹੈ ਜਿਨ੍ਹਾਂ ਨੇ ਸੰਗਤਾਂ ਦੇ ਵੀ ਦਰਸ਼ਨ ਕਰਾਏ ਨੇ ਆਪਣੇ ਵੀ ਦਰਸ਼ਨ ਬਖਸ਼ੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਿਹਰ ਨਾਲ ਅੱਜ ਦੇ ਸਮੇਂ ਵਿੱਚ ਸਿੱਖ ਸਿੱਖ ਨੂੰ ਵੇਖ ਕੇ ਫਤਿਹ ਨਹੀਂ ਮਿਲਦਾ ਅੱਜ ਦੇ ਸਮੇਂ ਵਿੱਚ ਕੋਈ ਕਿਸੇ ਨੂੰ ਸਟੇਜ 'ਤੇ ਵੀ ਮਿਲਦਾ ਹੈ ਜਾਂ ਬਾਹਰ ਵੀ ਮਿਲਦਾ ਹੈ ਕੋਈ ਪੈਸੇ ਲੈ ਕੇ ਵੀ ਲੋਕ ਪਿਆਰ ਨਹੀਂ ਕਰਦੇ ਐਸਾ ਸਮਾਂ ਚਾਹੀਦਾ ਪਰ ਜੇ ਪਿਆਰ ਕਰਨ ਵਾਲੀਆਂ ਸਾਨੂੰ ਰੂਹਾਂ ਮਿਲਣ ਮੈਨੂੰ ਮਹਾਂਪੁਰਸ਼ਾਂ ਨਾਲ ਰਹਿੰਦਾ ਸਿੰਘ ਚੈਨੀ ਇਹਨੇ ਮੈਨੂੰ ਕੱਲ੍ਹ ਹੀ ਕਿਹਾ ਕਹਿੰਦਾ ਬਾਬਾ ਜੀ ਤੁਸੀਂ ਦੀਵਾਨ ਲਾ ਜਾਓ ਹਾਜ਼ਰੀ ਭਰ ਜਾਓ ਆ ਕੇ
ਇੱਕ ਹਫ਼ਤਾ ਮੈਂ ਹੋਸਪਿਟਲ ਰਹਿ ਕੇ ਆਇਆ, ਸਿਹਤ ਨਹੀਂ ਸੀ ਸੈੱਟ। ਜਿਹੜੇ ਸਾਡੇ ਵਾਲੇ ਆਪਦੇ ਦੀਵਾਨ ਨੇ ਉਹ ਵੀ ਅਸੀਂ ਜਿੱਥੇ ਜਾਂਦੇ ਘੰਟਾ ਕੁ ਲਾ ਕੇ ਫਿਰ ਬੇਨਤੀ ਕਰ ਲਈਦਾ, ਉਹਨਾਂ ਪ੍ਰੋਪਰ ਅਜੇ ਸਹੀ ਨਹੀਂ ਹੈ ਸਿਹਤ। ਮਹਾਂਪੁਰਸ਼ਾਂ ਨੇ ਮੈਨੂੰ ਪਹਿਲੀ ਦਫ਼ਾ ਹੁਕਮ ਕੀਤਾ ਅਤੇ ਮੈਨੂੰ ਇਹ ਸੀ ਸਰ ਸੰਗਤ, ਮੈਨੂੰ ਨਹੀਂ ਕਿਸੇ ਬਾਰੇ ਵੀ ਪਤਾ, ਪਰ ਜਦੋਂ ਕਿਸੇ ਮਹਾਂਪੁਰਸ਼ ਨੇ ਸੁਨੇਹਾ ਦਿੱਤਾ, ਜਿੱਥੇ ਵੀ ਦਿੱਤਾ ਹੈ, ਆਪਣਾ ਜਥਾ ਲੈ ਕੇ ਅਸੀਂ ਹਾਜ਼ਰੀ ਭਰਨ ਦੀ ਕੋਸ਼ਿਸ਼ ਕਰੀਦਾ। ਸਾਡੇ ਦਿਲ ਵਿੱਚ ਇੱਕੋ ਗੱਲ ਹੈ ਬਸ, ਤਕਦੀਰ ਦਾ ਅਤੇ ਫਕੀਰ ਦਾ ਕੁਛ ਨਹੀਂ ਪਤਾ ਕੀ ਦੇਵੇ। ਜੇ ਤੁਸੀਂ ਦੁਨਿਆਵੀ ਦਾਤਾਂ ਲਵੇਖੀਏ ਤਾਂ ਮਹਾਰਾਜ ਨੇ ਘਾਟ ਹੀ ਨਹੀਂ ਛੱਡੀ, ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ। ਵਾਹਿਗੁਰੂ ਜੀ ਦੀ ਮਿਹਰ ਨਾਲ ਲੋਕ ਲੱਖਾਂ ਰੁਪਈਆ ਭਰ ਕੇ ਵੀ ਸਾਨੂੰ ਸੱਦਦੇ ਸੀ, ਪਰ ਮੈਂ ਚਾਹੁੰਦਾ ਹੁੰਦਾ ਵੀ ਕੋਈ ਮਹਾਂਪੁਰਸ਼ ਪਿਆਰ ਕਰੇ, ਕੋਈ ਮਹਾਂਪੁਰਸ਼ ਸਤਿਕਾਰ ਕਰੇ, ਕੋਈ ਦਿਲ ਤੋਂ ਪ੍ਰੇਮ ਕਰਨ ਵਾਲਾ ਹੋਵੇ, ਅਸੀਂ ਜਾਨ ਵੀ ਨਿਛਾਵਰ ਕਰ। ਸੋ ਬਾਬਾ ਸੁਰਜੀਤ ਸਿੰਘ ਜੀ ਨੇ ਇੱਕੋ ਵਾਰੀ ਇਹਨਾਂ ਨਾਲ, ਇਹ ਸਾਡਾ ਕਰਮ ਬਣਦਾ ਹੁੰਦਾ ਨਾ, ਜਿੱਦਾਂ ਹੁਣ ਆਪਾਂ ਇੱਥੇ ਬੈਠੇ ਹਾਂ, ਸਾਰਿਆਂ ਨੂੰ ਚੰਗਾ ਲੱਗਿਆ, ਅਗਲੀ ਵਾਰ ਫਿਰ ਦੀਵਾਨ ਆਇਆ ਫਿਰ ਤੁਸੀਂ ਆ ਜਾਓਗੇ। ਇੱਦਾਂ ਹੀ ਮਹਾਂਪੁਰਸ਼ਾਂ ਨੂੰ ਮੈਂ ਇੱਕ ਵਾਰੀ ਮਿਲਿਆ, ਉੱਥੇ ਹੀ ਕਰਮ ਬਣ ਗਿਆ ਵੀ ਇੰਨਾ ਵਧੀਆ ਮਹਾਂਪੁਰਸ਼ਾਂ ਦਾ ਸੁਭਾਅ, ਦੁਬਾਰਾ ਫਿਰ ਮਿਲਾਂਗੇ। ਇਹਨਾਂ ਨੇ ਫਿਰ ਬੁਲਾ ਲਿਆ, ਬਾਬਾ ਜੀ ਕਹਿੰਦੇ ਤੁਸੀਂ ਅਮਰੀਕਾ ਵੀ ਸਾਡੇ ਕੋਲ ਦੀਵਾਨ ਲਾਉਣ ਆਇਓ। ਬਾਬਾ ਜੀ ਕਦੇ ਕਦੇ ਸਮਾਂ ਸੀ ਇਹ, ਇੱਕ ਵਾਰੀ ਮੈਂ ਕਿਸੇ ਸਟੂਡੀਓ 'ਚ ਗਿਆ ਸੀ ਗਾਉਣ ਵਾਸਤੇ, ਅਤੇ ਮੈਂ 2 ਘੰਟੇ ਉੱਥੇ ਸਟੂਡੀਓ 'ਚ, ਪਤਾ ਨਹੀਂ ਨਾ ਲੱਗਦਾ, ਆਨੰਦ ਬਹੁਤ ਬਣਦਾ ਉੱਥੇ, ਕੋਈ ਵੀ ਨਹੀਂ ਹੁੰਦਾ ਅਤੇ ਹੈੱਡਫੋਨ ਲਾ ਦਿੰਦੇ ਨੇ, ਮੈਂ ਗਾਉਂਦੇ ਗਾਉਂਦੇ ਜਿੰਨੇ ਕੁ ਸਾਡੇ ਕੋਲ ਪੈਸੇ ਸੀ ਸਾਡੇ ਮੁੱਕ ਗਏ। ਉਹ ਕਹਿੰਦੇ ਜੀ ਹੁਣ ਟਾਈਮ ਖਤਮ ਹੈ। ਮੈਂ ਹੁਣ ਤਾਂ ਆਨੰਦ ਆਉਣ ਲੱਗਿਆ ਸੀ, ਕਹਿੰਦੇ ਨਾ ਜੀ ਫਿਰ ਆਇਓ, ਚਲੋ ਉਹਨਾਂ ਸਾਨੂੰ ਕਹਿ ਕੂ ਕੇ ਸਟੂਡੀਓ 'ਚੋਂ ਭੇਜਤਾ। ਅੱਜ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ 50 ਕੰਪਨੀਆਂ ਨੇ ਜਿਹੜੀਆਂ, ਜਿਨ੍ਹਾਂ ਦੇ ਗਾਣੇ ਆਏ ਲਾਈਨ 'ਚ ਲੱਗੇ ਹੋਏ, ਕਿਸੇ ਸਟੂਡੀਓ ਦੀ ਘਾਟ, ਕਿਸੇ ਚੀਜ਼ ਦੀ ਘਾਟ। ਹੁਣ ਤਾਂ ਦਿਲ ਐਂ ਕਰਦਾ ਹੈ ਸੰਗਤ ਦੀ ਸੇਵਾ ਕਰੀਏ, ਮਹਾਰਾਜ ਸਾਹਿਬ ਦੇ ਚਰਨਾਂ 'ਚ ਹਾਜ਼ਰੀਆਂ ਭਰੀਏ। ਬਾਬਾ ਜੀ ਅਮਰੀਕਾ ਮਰੂਕਾ ਤੋਂ ਮੈਂ ਕੀ ਲੈਣਾ, ਤੁਸੀਂ ਪਿਆਰ ਬਣਾ ਕੇ ਰੱਖੋ, ਐਂ ਦੁਆਵਾਂ ਦਿੰਦੇ ਰਹੋ, ਸੰਗਤਾਂ ਨੂੰ ਜੋੜਦੇ ਰਹੋ ਜਿੱਥੇ ਸਾਡੀ ਲੋੜ ਹੈ। ਜੇ ਤੁਸੀਂ ਅਮਰੀਕਾ ਤੋਂ ਆ ਕੇ ਐਡੇ ਐਡੇ ਉਪਰਾਲੇ ਕਰ ਸਕਦੇ ਹੋ, ਅਤੇ ਅਸੀਂ ਕਿਉਂ ਨਹੀਂ ਆ ਸਕਦੇ ਤੁਹਾਡੇ ਕੋਲ? ਤੁਸੀਂ ਬਸ ਇੱਦਾਂ ਪਿਆਰ ਦੀਆਂ ਦੁਆਵਾਂ ਬਖਸ਼ੋ, ਕਿਸੇ ਚੀਜ਼ ਦੀ ਘਾਟ ਨਹੀਂ, ਬਸ ਐਸੇ ਮਹਾਂਪੁਰਸ਼ਾਂ ਦੀ ਤੁਸੀਂ ਸਾਰੇ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੋ। ਇਹਨਾਂ ਦਾ ਵਡੱਪਣ ਹੈ, ਹਰ ਇੱਕ ਮਹਾਂਪੁਰਸ਼ ਨੂੰ ਬੁਲਾ ਕੇ ਇੱਥੇ ਸਲਾਉਂਦੇ ਨੇ, ਆਪ ਵੀ ਬਹੁਤ ਸੋਹਣਾ ਕੀਰਤਨ ਕਰਦੇ ਨੇ ਅਤੇ ਇਹਨਾਂ ਦੇ ਪਚੰਗੀ ਵੀ ਬਹੁਤ ਸੋਹਣਾ ਕੀਰਤਨ ਕਰਦੇ ਨੇ, ਆਪ ਵੀ ਅਗਲਾ ਬੰਦਾ ਕਹਿੰਦਾ ਵੀ ਮੈਂ ਕਿਸੇ ਤੋਂ ਕੀ ਕਰਾਉਣਾ, ਪਰ ਇਹ ਬਾਬਾ ਜੀ ਤੁਸੀਂ ਹਰ ਇੱਕ ਨੂੰ ਸਲਾਉਂਦੇ ਹੋ, ਇਹ ਤੁਹਾਡਾ ਪਿਆਰ ਹੈ। ਮਹਾਰਾਜ ਸਭ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹਨਾਂ 'ਤੇ ਕਿਰਪਾ ਬਾਬਾ ਤੁਲਸੀਦਾਸ ਮਹਾਰਾਜ, ਉੱਥੇ ਅਸਥਾਨ ਦੀ ਸੇਵਾ ਬਾਬਾ ਜੀ ਨੇ ਤਾਂ ਹੀ ਤੁਹਾਡੀ ਝੋਲੀ 'ਚ ਪਾਈ ਹੈ। ਪੜ੍ਹਦੀ ਇੱਕ ਵਾਰੀ ਆਖਰੀ ਧਾਰਨਾ ਜਾਂਦੀ ਵਾ, ਇੱਕ ਰਮਤਾ ਜਾ ਜੋਗੀ ਮਿਲਿਆ, ਜੀਵਨ ਬਣਾ ਗਿਆ।
ਹੁੰਦੇ ਰਹਿਣ। ਔਰ ਜਿਵੇਂ ਮਹਾਂਪੁਰਸ਼ਾਂ ਨੇ ਦੱਸਿਆ ਹੈ, ਕੱਲ੍ਹ ਨੂੰ ਸਾਡੇ ਸਤਿਕਾਰਯੋਗ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਮਹਾਂਪੁਰਸ਼, ਉਹਨਾਂ ਨੇ ਸੰਗਤਾਂ ਦੇ ਦਰਸ਼ਨ ਕਰਨੇ ਨੇ। ਬਹੁਤ ਪਿਆਰ ਵਾਲੀ ਔਰ ਬਹੁਤ ਮਿੱਠੀ ਰੂਹ ਨੇ, ਬੜੀ ਕਿਰਪਾ ਗੁਰੂ ਸਾਹਿਬ ਜੀ ਦੀ। ਅਤੇ ਮਹਾਂਪੁਰਸ਼ਾਂ ਨੇ ਕੱਲ੍ਹ ਨੂੰ ਉਹਨਾਂ ਨੂੰ ਸੱਦੇ ਦਿੱਤੇ ਨੇ ਅਤੇ ਸਾਰੀ ਸੰਗਤ ਨੇ ਵੱਧ ਚੜ੍ਹ ਕੇ ਦਰਸ਼ਨ ਦੇਣੇ ਨੇ, ਕੀਰਤਨ ਵੀ ਹਾਜ਼ਰੀ ਵੀ ਭਰਨਗੇ ਮਹਾਂਪੁਰਸ਼। ਮਹਾਂਪੁਰਸ਼ਾਂ ਦੇ ਬਾਬਾ ਜੀ ਢੱਡਰੀਆਂ ਵਾਲਿਆਂ ਦੇ, ਅੱਜ ਜਿੱਦਾਂ ਹੁਣ ਦੀਵਾਨ ਲੱਗਦੇ ਨੇ, ਮਹਾਰਾਜ ਦਸਵੇਂ ਪਾਤਸ਼ਾਹ ਦਾ ਪ੍ਰਚਾਰ, ਗੁਰੂ ਸਾਹਿਬ ਜੀ ਦੀਆਂ ਕਥਾ ਕਹਾਣੀਆਂ ਕਿੰਨੀਆਂ ਸੋਹਣੀਆਂ ਸਿਫਤਾਂ ਕਰਦੇ ਨੇ। ਦੁਬਾਰਾ ਉਹਨਾਂ ਨੇ ਹੌਲੀ ਹੌਲੀ ਸ਼ੁਰੂ ਕੀਤਾ। ਗੁਰੂ ਸਾਹਿਬ ਮਿਹਰ ਕਰਨ, ਜਿਵੇਂ ਪਹਿਲਾਂ ਮੰਡੀਆਂ ਭਰਦੀਆਂ ਸੀ, ਐਂ ਕਿਤੇ ਸਤਿਗੁਰ ਭਰਨ ਲਾ ਦੇਣ। ਆ ਦੱਬੀ ਪਖੰਡੀ ਸਾਰੇ ਜਿੰਨੇ ਵੀ ਨੇ, ਆ ਰੌਲਾ ਰੂਲਾ ਜਾਂ ਪਾਉਂਦੇ ਕਾਂਗਜ਼ਾਰੀ, ਜਿਹੜੇ ਸਾਬਣਾਂ ਦੇ ਪੈਕਟਾਂ ਪਿੱਛੇ ਸਾਡੇ ਸਿੱਖਾਂ ਨੂੰ ਵਲਾ ਵਲਾ ਕੇ ਲਿਜਾਈ ਜਾਂਦੇ ਨੇ, ਇਹਨਾਂ ਦੇ ਹਿਰਦੇ ਅਤੇ ਇਹ ਆਪ ਵੀ ਠੰਡੇ ਰਹਿੰਦੇ ਨੇ। ਇਹ ਅਰਦਾਸ ਕਰਿਆ ਕਰੋ ਔਰ ਆਪਣੇ ਸਿੱਖਾਂ ਨਾਲ ਕਦੇ ਵੀ ਨਫ਼ਰਤ ਨਾ ਕਰੋ। ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਨੇ, ਕਦੇ ਇਸ ਗੱਲੋਂ ਘਬਰਾਓ ਨਾ, ਫਲਾਣੇ ਆ ਗਏ ਸਾਡੇ ਸਿੱਖਾਂ ਨੂੰ ਉੱਧਰ ਲੈ ਗਏ, ਐਂ ਲੈ ਗਏ। ਦਸਵੇਂ ਪਾਤਸ਼ਾਹ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਨੇ, ਸੱਚ ਹੋਣੇ ਨੇ, ਤਿੰਨ ਕਾਲ ਸੱਚ ਹੋਣਗੇ। ਨਾ ਆਪ ਲੜੂ, ਨਾ ਫੌਜ ਲੜੋ, ਤਵੇ ਗੋਬਿੰਦ ਸਿੰਘ ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਗਾ ਸੀਸ ਬੜੀ ਕਰੇਗੇ ਮੌਜ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੋਲਿਆ ਹੈ, ਕਲਗੀਆਂ ਵਾਲੇ ਕਹਿੰਦੇ ਐਵੇਂ ਨਹੀਂ ਫਿਕਰ ਕਰੀਦਾ, ਆਪਣੇ ਬਾਪੂ ਦੇ ਬਚਨਾਂ ਤੇ ਭਰੋਸਾ ਰੱਖੋ। ਮਹਾਰਾਜ ਕਹਿੰਦੇ ਮੈਂ ਹਵਾ ਹੀ ਐਸੀ ਚਲਾ ਦਿਆਂਗਾ, ਜਿੱਧਰ ਨੂੰ ਹਵਾ ਵਗੇਗੀ 96 ਕਰੋੜ ਖਾਲਸਾ ਸਦਜਾ ਜਾਏਗਾ। ਸਭ ਮਹਾਰਾਜ ਨੇ ਇਕੱਠੇ ਕਰਨੇ ਨੇ, ਸਭ ਮਹਾਰਾਜ ਨੇ, ਕਦੇ ਪਰਵਾਹ ਨਾ ਕਰੋ। ਜੇ ਇਹ ਪੰਜਾਂ ਤੋਂ ਗੱਲ ਸ਼ੁਰੂ ਹੋਈ ਸੀ, ਪੰਜਾਂ 'ਤੇ ਆ ਕੇ ਖੜ ਜੇ, ਇਹਨੂੰ ਨਹੀਂ ਢਾਹ ਲੱਗਣੀ, ਇਹ ਪੰਥ ਕਲਗੀਆਂ ਵਾਲੇ ਦਾ, ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜ। ਸੋ ਆਪਣੇ ਭਰਾਵਾਂ ਦੀ, ਪ੍ਰਚਾਰਕਾਂ ਦੀ ਇਹ ਅਰਦਾਸ ਕਰਿਆ ਕਰੋ, ਸਾਰੇ ਇਕੱਠੇ ਹੋ ਕੇ ਪ੍ਰਚਾਰ ਕਰੀਏ, ਨਿਫਰਤਾ ਈਰਖਾ ਦਵੈਸ਼ ਭਾਵਨਾ ਛੱਡ ਕੇ ਹਰ ਇੱਕ ਮਹਾਂਪੁਰਸ਼ ਦਾ, ਗੁਰਮੁਖ ਦਾ ਸਤਿਕਾਰ ਕਰੇ। ਮਿਸ਼ਰਨੀ ਆਪਣੇ ਹਿਸਾਬ ਨਾਲ ਪ੍ਰਚਾਰ ਕਰਦੇ ਨੇ, ਦਮਦਮੀ ਟਕਸਾਲ ਆਪਣੇ ਹਿਸਾਬ ਨਾਲ ਪ੍ਰਚਾਰ ਕਰ ਰਹੇ, ਨਾਨਕ ਸਰ ਆਪਣੇ ਹਿਸਾਬ ਨਾਲ ਪ੍ਰਚਾਰ ਕਰ ਰਹੇ, ਰਾੜਾ ਸਾਹਿਬ ਵਾਲੇ ਆਪਣੇ ਹਿਸਾਬ ਨਾਲ ਪ੍ਰਚਾਰ ਕਰਦੇ, ਬਾਬਾ ਸੁਰਜੀਤ ਸਿੰਘ ਜੀ ਦੀ ਇਹਨਾਂ ਦੀ ਆਪਣੀ ਵੱਖਰੀ ਮੌਜ, ਵੱਖਰਾ ਆਨੰਦ ਹੈ। ਸਾਰਿਆਂ ਦਾ ਅਕੀਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਦਾ ਹੈ, ਅਤੇ ਅਰਦਾਸ ਕਰਿਆ ਕਰੋ ਆਪਸੀ ਝਗੜੇ ਖਤਮ ਹੋ ਕੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲੜ ਲੱਗ ਕੇ ਮਹਾਰਾਜ ਦੇ ਪੰਥ ਵਿੱਚ ਵਾਧੇ ਕਰੀਏ। ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ, ਬਾਬਾ ਜੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਬੋਲਦਿਆਂ ਕੋਲੋਂ ਬਹੁਤ ਭੁੱਲਾਂ ਹੋ ਜਾਣੀਆਂ ਸੁਭਾਵਿਕ ਹੁੰਦੀਆਂ ਨੇ, ਗੁਰੂ ਕੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਲੈਣ, ਕੋਈ ਰਸਨਾ ਵਾਂਝੀ ਨਾ ਰਹੇ, ਪਿਆਰ ਸਹਿਤ ਗੱਜ ਵੱਜ ਕੇ ਫਤਿਹ ਦੁਹਰਾਓ। ਅਗਲਾ ਪ੍ਰੋਗਰਾਮ ਜਿਹੜਾ ਆਪ ਜੀ ਨੂੰ ਬਾਬਾ ਹਰਪਾਲ ਸਿੰਘ ਜੀ ਸਰਵਣ ਕਰਾਉਣਗੇ, ਪਿਆਰ ਸਹਿਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।